ਸਕਾਲ ਦਰਸ਼ਕੋ ਮੈਂ ਛਵੀ ਤੁਹਾਡੇ ਸਭ ਦਾ ਸਵਾਗਤ ਕਰਦੀ ਹਾਂ ਇਸ ਖਾਸ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਇਮੀਗ੍ਰੇਸ਼ਨ ਅਪਡੇਟਸ। ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਇਸ ਪ੍ਰੋਗਰਾਮ ਨੂੰ ਤੁਸੀਂ ਕਾਫੀ ਪਿਆਰ ਬਖਸ਼ਦੇ ਹੋ, ਮਾਣ ਬਖਸ਼ਦੇ ਹੋ, ਕਿਉਂਕਿ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੀ ਇਹ ਕੋਸ਼ਿਸ਼ ਰਹਿੰਦੀ ਕਿ ਘਰ ਬਹਿ ਕੇ ਅਸੀਂ ਤੁਹਾਨੂੰ ਇਮੀਗ੍ਰੇਸ਼ਨ ਬਾਰੇ, ਬਾਹਰਲੇ ਮੁਲਕਾਂ ਦੇ ਅਸੂਲਾਂ ਵਾਲੇ ਰੂਲਸ ਐਂਡ ਰੈਗੂਲੇਸ਼ਨਸ ਬਾਰੇ ਸਹੀ ਇਨਫੋਰਮੇਸ਼ਨ ਦੇ ਸਕੀਏ, ਤਾਂ ਕਿ ਇਸ ਜ਼ਮਾਨੇ ਦੇ ਵਿੱਚ, ਸਿਨੈਰੀਓ ਦੇ ਵਿੱਚ ਤੁਸੀਂ ਧੋਖੇ ਦਾ ਸ਼ਿਕਾਰ ਨਾ ਹੋ ਸਕੋ। ਬਹੁਤ ਜ਼ਰੂਰੀ ਹੁੰਦਾ ਜਦੋਂ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਜਾਣਾ ਹੈ, ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਜਾਣ ਲੈਣਾ ਚਾਹੀਦਾ ਹੈ। ਐਜ਼ ਅ ਸਟੂਡੈਂਟ ਜੇ ਤੁਸੀਂ ਉਹਨਾਂ ਦੇਸ਼ਾਂ ਦੇ ਵਿੱਚ ਜਾ ਰਹੇ ਹੋ, ਐਜ਼ ਅ ਸਟੂਡੈਂਟ ਤੁਹਾਡੀ ਕੀ ਲਾਇਬਿਲਿਟੀ ਹੈ, ਇਸ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਕਿਉਂਕਿ ਬਹੁਤ ਇਹੋ ਜਿਹੇ ਕੰਸਲਟੈਂਟ ਅਤੇ ਏਜੰਟ ਹੁੰਦੇ ਨੇ ਜਿਹੜੇ ਹਮੇਸ਼ਾ ਤੁਹਾਨੂੰ ਅੱਧੀ ਅਧੂਰੀ ਜਾਣਕਾਰੀ ਦਿੰਦੇ ਨੇ। ਉਹਨਾਂ ਦਾ ਮਕਸਦ ਸਿਰਫ ਕਾਲਜ 'ਚ ਐਡਮਿਸ਼ਨ ਲੈ ਕੇ ਦੇਣ ਤੱਕ ਹੁੰਦਾ, ਵੀਜ਼ਾ ਲਿਆਉਣ ਤੱਕ ਦੇਣਾ ਹੁੰਦਾ, ਲੇਕਿਨ ਉਸ ਤੋਂ ਬਾਅਦ ਤੁਸੀਂ ਉੱਥੇ ਜਾ ਕੇ ਕਿਵੇਂ ਸਰਵਾਈਵ ਕਰਨਾ, ਕੀ ਕੁਛ ਕਰਨਾ ਪਏਗਾ, ਇਸ ਬਾਰੇ ਤੁਹਾਨੂੰ ਜਾਣਕਾਰੀ ਜਿਹੜੀ ਬਹੁਤ ਘੱਟ ਦਿੱਤੀ ਜਾਂਦੀ ਹੈ। ਸੋ ਇਹਨਾਂ ਜਾਣਕਾਰੀਆਂ ਨੂੰ ਲੈ ਕੇ ਹੀ ਸਾਡਾ ਇਹ ਸ਼ੋਅ ਆਉਂਦਾ ਜਿਸ ਦਾ ਨਾਮ ਹੈ ਇਮੀਗ੍ਰੇਸ਼ਨ ਅਪਡੇਟ। ਤੁਸੀਂ ਇਸ ਸ਼ੋਅ ਨਾਲ ਕਾਫੀ ਲੰਬੇ ਟਾਈਮ ਤੋਂ ਬਣੇ ਹੋਏ, ਇਸ ਲਈ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ। ਅਤੇ ਸਾਡੀ ਇਹ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਅੱਛੇ ਕੰਸਲਟੈਂਟਸ ਨੂੰ ਇਹਨਾਂ ਸ਼ੋਅਜ਼ ਦੇ ਵਿੱਚ ਲੈ ਕੇ ਆਈਏ, ਤਾਂ ਕਿ ਤੁਹਾਨੂੰ ਉਹਨਾਂ ਦੇ ਐਕਸਪੀਰੀਅੰਸਿਸ ਰਾਹੀਂ ਹੋਰ ਜਿਹੜੀਆਂ ਜਾਣਕਾਰੀਆਂ ਮਿਲ ਸਕਣ। ਸੋ ਅੱਜ ਇਸ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਡੇ ਨਾਲ ਇੱਕ ਇੱਦਾਂ ਦੇ ਐਕਸਪੀਰੀਅੰਸਿਸ ਹਾਜ਼ਰ ਨੇ ਜਿਨ੍ਹਾਂ ਨੇ ਕਾਫੀ ਲੰਬੇ ਟਾਈਮ ਤੋਂ ਇਮੀਗ੍ਰੇਸ਼ਨ ਦੀ ਫੀਲਡ ਦੇ ਵਿੱਚ ਲੋਕਾਂ ਨੂੰ ਸਰਵਿਸਿਜ਼ ਦਿੱਤੀਆਂ ਨੇ ਅਤੇ ਉਹਨਾਂ ਦਾ ਬਾਹਰ ਜਾਣ ਦਾ ਸੁਪਨਾ ਸਾਕਾਰ ਕੀਤਾ। ਮੈਂ ਸਵਾਗਤ ਕਰਨਾ ਚਾਹਾਂਗੀ ਸਾਈ ਓਵਰਸੀਜ਼ ਇਮੀਗ੍ਰੇਸ਼ਨ ਕੰਸਲਟੈਂਟ ਸਰਵਿਸਿਜ਼ ਦੇ MD ਅਤੇ ਵੀਜ਼ਾ ਐਕਸਪਰਟ ਮਿਸਟਰ ਬਲਜਿੰਦਰ ਸਹਿਗਲ ਦਾ। ਜੀ ਬਲਜਿੰਦਰ ਜੀ, ਸਭ ਤੋਂ ਪਹਿਲਾਂ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਇਮੀਗ੍ਰੇਸ਼ਨ ਅਪਡੇਟਸ ਦੇਖ ਰਹੇ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਬਲਜਿੰਦਰ ਜੀ, ਬਹੁਤ ਇਹੋ ਜਿਹੇ ਸਟੂਡੈਂਟਸ ਹੈਗੇ ਨੇ ਜਿਹੜੇ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਜਾਣਾ ਚਾਹੁੰਦੇ ਨੇ, ਨੋ ਡਾਊਟ ਵੀਜ਼ਾ ਆਉਣਾ ਜਾਂ ਕੋਈ ਵੀ ਕੰਸਲਟੈਂਟ ਜਾਂ ਏਜੰਟ ਵੀਜ਼ਾ ਲਵਾ ਸਕਦਾ, ਇੱਕ ਬਹੁਤ ਵੱਡੀ ਗੱਲ ਨਹੀਂ ਹੈ ਜੇ ਤੁਸੀਂ ਕਿਸੇ ਵੀ ਕੰਟਰੀ ਦੇ ਕ੍ਰਾਈਟੀਰੀਆ ਨੂੰ ਮੀਟ ਕਰਦੇ ਹੋ। ਲੇਕਿਨ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਅਸਲ ਜ਼ਿੰਦਗੀ ਜਿਹੜੀ ਸਟੂਡੈਂਟ ਦੀ ਸ਼ੁਰੂ ਹੁੰਦੀ ਹੈ ਬਾਹਰਲੇ ਮੁਲਕਾਂ ਦੇ ਵਿੱਚ, ਕਿਉਂਕਿ ਇੱਕ ਮੁਲਕ ਨਿਆ ਹੁੰਦਾ ਹੈ, ਪੜ੍ਹਾਈ ਬਿਲਕੁਲ ਅਲੱਗ ਹੁੰਦੀ ਹੈ ਆਪਣੇ ਇੰਡੀਆ ਦੇ ਨਾਲੋਂ। ਸਟੂਡੈਂਟਸ ਨੂੰ ਤੁਹਾਨੂੰ ਕੀ ਲੱਗਦਾ, ਐਜ਼ ਅ ਸਟੂਡੈਂਟ ਕਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੇ ਇੱਥੋਂ ਦੇ ਕੰਸਲਟੈਂਟ ਜਾਂ ਕੁਝ ਏਜੰਟ ਹੈ ਜਿਹੜੇ ਸਟੂਡੈਂਟਸ ਤੋਂ ਹਾਈਡ ਕਰਦੇ ਨੇ? ਹਾਂ ਦੇਖੋ, ਫਸਟ ਐਂਡ ਫੋਲ ਮੈਂ ਕਲੀਅਰ ਕਰਨਾ ਚਾਹਾਂਗਾ, ਜਦੋਂ ਵੀ ਵੀਜ਼ਾ ਲੱਗਦਾ, ਛਵੀ ਮੈਡਮ ਦੀ ਗੱਲ ਬਿਲਕੁਲ ਠੀਕ ਹੈ, ਮੈਂ 100% ਐਗਰੀ ਇਸ ਚੀਜ਼ ਨਾਲ ਕਿ ਵੀਜ਼ਾ ਕੋਈ ਵੀ ਕੰਸਲਟੈਂਟ ਜਿਹਨੂੰ ਕਿ ਕਾਫੀ ਟਾਈਮ ਦਾ ਐਕਸਪੀਰੀਅੰਸ ਹੋਏਗਾ, ਉਹ ਜ਼ਰੂਰ ਜਿਹਦੇ ਕੋਲ ਡਾਇਰੈਕਟ ਆਈ ਆਪਾਂ ਉਹ ਵੀਜ਼ਾ ਜ਼ਰੂਰ ਅਪਰੂਵ ਕਰਵਾ ਦੇਗਾ। ਲੇਕਿਨ ਉਸ ਤੋਂ ਬਾਅਦ ਪੋਸਟ ਲੈਂਡਿੰਗ ਸਰਵਿਸ ਕੌਣ ਕੌਣ ਪ੍ਰੋਵਾਈਡ ਕਰਦਾ, ਜਿਵੇਂ ਕਿ ਅਗਰ ਸਪੋਜ਼ ਸਾਡੀ ਕੰਪਨੀ ਤੋਂ ਕੋਈ ਬੱਚਾ ਵੀਜ਼ਾ ਅਪਰੂਵ ਕਰਵਾਉਂਦਾ ਆਪਣਾ ਵੀਜ਼ਾ ਉਹਦਾ ਲੱਗਦਾ, ਤਾਂ ਉਹਨੂੰ ਉੱਥੋਂ ਅਸੀਂ ਬਹੁਤ ਜ਼ਿਆਦਾ ਸਰਵਿਸ ਦੇਵੇ, ਜਿਵੇਂ ਕਿ ਬੱਚੇ ਨੂੰ ਉੱਥੇ ਏਅਰਪੋਰਟ ਪਿਕਅਪ, ਕਿਉਂਕਿ ਫਸਟ ਆਫ ਆਲ ਬੱਚੇ ਨੂੰ ਇਹ ਬੜੀ ਦਿੱਕਤ ਆਉਂਦੀ ਹੈ ਕਿ ਮੈਨੂੰ ਉੱਥੇ ਕਾਲਜ ਦਾ ਕਿੱਦਾਂ ਪਤਾ ਚੱਲੇਗਾ, ਮੈਂ ਕਿਹੜੇ ਕਾਲਜ ਜਾਣਾ, ਮੈਨੂੰ ਅਗਰ ਏਅਰਪੋਰਟ ਪਿਕਅਪ ਮਿਲ ਜਾਏ ਤਾਂ ਬੱਚੇ ਨੂੰ ਬੜੀ ਹੈਲਪ ਰਹਿੰਦੀ ਹੈ। ਫਿਰ ਉਸ ਤੋਂ ਬਾਅਦ ਅਕੋਮੋਡੇਸ਼ਨ ਅਸਿਸਟੈਂਟ ਵੀ ਅਸੀਂ ਨਾਲ ਪ੍ਰੋਵਾਈਡ ਕਰਦੇ ਹਾਂ ਕਿ ਜਿਹੜੇ ਬੱਚੇ ਨੂੰ ਰਹਿਣਾ, ਹੋਸਟਲ ਰਹਿਣਾ, ਪੀਜੀ ਰਹਿਣਾ, ਉਹ ਵੀ ਫੈਸਿਲਿਟੀਜ਼ ਅਸੀਂ ਨਾਲ ਪ੍ਰੋਵਾਈਡ ਕਰਦੇ ਹਾਂ। ਪਲੱਸ ਜਿਹੜਾ ਬੱਚੇ ਨੂੰ ਲੋਕਲ ਸਿਮ ਵੀ ਅਸੀਂ ਪ੍ਰੋਵਾਈਡ ਕਰਵਾ ਕੇ ਦਿੰਦੇ ਹਾਂ। ਕਈ ਕੰਟਰੀਜ਼ ਕੀ ਹੁੰਦਾ ਕਿ ਕਈ ਕੰਟਰੀਜ਼ 'ਚ ਇਹ ਕਿ ਤੁਹਾਨੂੰ ਇੱਥੋਂ ਬਿਫੋਰ ਵੀਜ਼ਾ ਤੁਹਾਨੂੰ ਆਪਣਾ ਮੈਡੀਕਲ ਕਰਵਾਉਣਾ ਪੈਂਦਾ, ਔਰ ਕਈ ਕੰਟਰੀਜ਼ ਉੱਥੇ ਜਾ ਕੇ ਤੁਹਾਨੂੰ ਆਪਣਾ ਮੈਡੀਕਲ ਕਰਵਾਉਣਾ ਪੈਂਦਾ। ਸੋ ਉਹ ਵੀ ਅਸੀਂ ਫੈਸਿਲਿਟੀ ਨਾਲ ਪ੍ਰੋਵਾਈਡ ਕਰਵਾਉਂਦੇ ਹਾਂ ਤਾਂ ਕਿ ਬੱਚੇ ਨੂੰ ਕੋਈ ਹਰਾਸਮੈਂਟ ਨਾ ਹੋਵੇ, ਬੱਚੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਸ ਤਰ੍ਹਾਂ ਹੋਰ ਵੀ ਕਾਫੀ ਫੈਸਿਲਿਟੀਜ਼ ਨੇ ਜਿਹੜੀਆਂ ਕਿ ਬੱਚੇ ਨੂੰ ਅਗਰ ਕੋਈ ਰੀਜ਼ਨ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕੰਮ ਨਹੀਂ ਮਿਲ ਰਿਹਾ, ਤਾਂ ਉਸ ਤੇ ਇਦਾਂ ਦੀ ਵੀ ਕਈ ਅਸਿਸਟੈਂਟਸ ਅਸੀਂ ਪ੍ਰੋਵਾਈਡ ਕਰਦੇ ਹਾਂ ਬੱਚਿਆਂ ਨੂੰ। ਤਾਂ ਹੀ ਮੈਂ ਕਹਿ ਰਿਹਾ ਕਿ ਜਦੋਂ ਵੀ ਤੁਸੀਂ ਅਪਲਾਈ ਕਰਨਾ ਕਿਸੇ ਅੱਛੇ ਕੰਸਲਟੈਂਟ ਤੋਂ ਜਾਓ, ਜਿਹੜੇ ਮਾਰਕੀਟ 'ਚ ਬਹੁਤ ਜ਼ਿਆਦਾ ਟਾਈਮ ਤੋਂ ਮੈਂ ਇਹ ਸਰਵਿਸ ਪ੍ਰੋਵਾਈਡ ਕਰ ਰਹੇ ਹੋ, ਨਾ ਕਿ ਰੀਸੈਂਟ ਤੁਸੀਂ ਕੋਈ ਦੇਖੋ ਕਿ ਕੋਈ ਕਿਸੇ ਦੀ ਐਡ ਆ ਰਹੀ ਹੈ, ਕੋਈ ਨਵੀਂ ਕੰਪਨੀ ਓਪਨ ਹੋਈ ਹੈ, ਤੁਹਾਡੀ ਫਾਈਲ ਨਾ ਜਾਂ ਤੁਹਾਡੀ ਜਿਹੜੀ ਕਿ ਮੈਂ ਕਹਾਂਗਾ ਤੁਹਾਡੀ ਜ਼ਿੰਦਗੀ ਨਾਲ ਐਕਸਪੈਰੀਮੈਂਟ ਕੀਤਾ ਜਾ ਰਿਹਾ। ਪੁਰਾਣੇ ਐਕਸਪਰਟ ਕੋਲ ਜਾਓ, ਜਾ ਕੇ ਚੈੱਕ ਕਰੋ ਕਿੰਨੇ ਟਾਈਮ ਤੋਂ ਇਸ ਮਤਲਬ ਫੀਲਡ ਦੇ ਵਿੱਚੋਂ ਪੁਰਾਣੇ ਨੇ, ਕਿੰਨੇ ਵੀਜ਼ੇ ਅਪਰੂਵ ਕਰਵਾ ਚੁੱਕੇ ਨੇ। ਸੋ ਪ੍ਰੋਪਰ ਕ੍ਰੋਸ ਚੈੱਕ ਕਰਕੇ ਹੀ ਆਪਣੀ ਫਾਈਲ ਅਸੈਸ ਕਰਵਾਓ। ਜੀ ਬਲਜਿੰਦਰ ਜੀ, ਸਭ ਤੋਂ ਪਹਿਲਾਂ ਸ਼ੋਅ ਦੇ ਵਿੱਚ ਹੁਣ ਮੈਂ ਸਿੰਗਾਪੁਰ ਬਾਰੇ ਜ਼ਰੂਰ ਗੱਲ ਕਰਨਾ ਚਾਹੂੰਗੀ, ਕਿਉਂਕਿ ਸਿੰਗਾਪੁਰ ਕਾਫੀ ਸਟੂਡੈਂਟਸ ਹੈ ਜਿਹੜਾ ਸਾਈ ਓਵਰਸੀਜ਼ ਵੱਲੋਂ ਜਿਹੜਾ ਜਾ ਚੁੱਕਿਆ ਹੈ। ਮੈਂ ਚਾਹੂੰਗੀ ਕਿ ਸਭ ਤੋਂ ਪਹਿਲਾਂ ਸਿੰਗਾਪੁਰ ਬਾਰੇ ਕੁਝ ਦੱਸਣ ਤੋਂ ਪਹਿਲਾਂ ਸਟੂਡੈਂਟਸ ਦੇ ਵਿਊਜ਼ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਜਿਹੜੇ ਸਟੂਡੈਂਟਸ ਉੱਥੇ ਗਏ ਨੇ ਕਿ ਉਹ ਫਿਲਹਾਲ ਹੁਣ ਖੁਸ਼ ਨੇ, ਕਿਉਂਕਿ ਪਹਿਲਾਂ ਜਿਹੜੀਆਂ ਸ਼ਿਕਾਇਤਾਂ ਕੁਝ ਸਟੂਡੈਂਟਸ ਦੀਆਂ ਆਈਆਂ ਸੀ, ਕੁਝ ਸਟੂਡੈਂਟਸ ਵਾਪਸ ਆਏ ਸੀਗੇ, ਲੇਕਿਨ ਹੁਣ ਦੁਬਾਰਾ ਤੋਂ ਜਿਹੜੇ ਫੇਰ ਸਟੂਡੈਂਟ ਸਿੰਗਾਪੁਰ ਗਏ ਨੇ ਥੋੜੇ ਹੋਰ ਪ੍ਰਪੇਅਰ ਹੋ ਕੇ, ਤੇ ਫਿਲਹਾਲ ਉਹਨਾਂ ਦਾ ਕੀ ਰਿਸਪੌਂਸ ਹੈ ਉੱਥੋਂ? ਛਵੀ ਮੈਡਮ, ਬਹੁਤ ਹੀ ਵੈਲਿਡ ਕੁਐਸਚਨ ਹੈ ਤੁਹਾਡਾ। ਦੇਖੋ, ਮੈਂ ਕਲੀਅਰ ਕਰਨਾ ਚਾਹਾਂਗਾ, ਜਦੋਂ ਵੀ ਕੋਈ ਬੱਚੇ ਨੂੰ ਤੁਸੀਂ ਮਿਸਗਾਈਡ ਕਰੋਗੇ, ਉਦੋਂ ਹੀ ਬੱਚਾ ਹਰਾਸ ਹੋਏਗਾ, ਉਦੋਂ ਹੀ ਬੱਚੇ ਨੂੰ ਲੱਗੇਗਾ ਕਿ ਮੈਂ ਠੀਕ ਡਿਸਟ੍ਰੈਸਟੇਸ਼ਨ ਜਿੱਥੇ ਮੈਂ ਜਾਣਾ ਚਾਹ ਰਿਹਾ ਸੀ ਉੱਥੇ ਮੈਂ ਨਹੀਂ ਪਹੁੰਚਿਆ। ਕਈ ਵਾਰੀ ਕੀ ਹੁੰਦਾ ਕਿ ਬੱਚਾ
ਇਸ ਚੀਜ਼ ਦੀ ਪੂਰੀ ਇਨਫੋਰਮੇਸ਼ਨ ਲੈਣਾ। ਸਿੰਗਾਪੁਰ ਔਰ ਸਾਈਪ੍ਰਸ ਦੋ ਜਿਹੜੇ ਵਿਦਆਊਟ ਆਇਲਸ ਕੰਟਰੀਆਂ ਨੇ, ਉਹਨਾਂ ਵਿੱਚ ਅਗਰ ਤੁਸੀਂ ਫਸਟ ਆਫ ਆਲ ਜੋ ਤੁਹਾਡਾ ਵੀਜ਼ਾ ਲੱਗਦਾ ਡੂਇੰਗ ਸਟੱਡੀ, ਪਹਿਲੇ 6 ਮਹੀਨੇ ਤੁਹਾਨੂੰ ਲੀਗਲੀ ਵਰਕ ਰਾਈਟਸ ਨਹੀਂ ਹੈ ਤੁਹਾਨੂੰ, ਯਾਨੀ ਕਿ ਲੀਗਲੀ ਤੁਹਾਨੂੰ 20 ਆਵਰ ਜਿਹੜੇ ਮਿਲਦੇ ਆ, ਬਾਕੀ ਕੰਟਰੀਜ਼ ਇਸ ਕੰਟਰੀ 'ਚ ਨਹੀਂ ਮਿਲਦੇ। ਲੇਕਿਨ ਤੁਹਾਨੂੰ ਬੈਨੀਫਿਟ ਕੀ ਹੈ? ਹੁਣ ਕੁਸ਼ਚਨ ਇਹ ਪੁੱਟ ਹੁੰਦਾ ਕਿ ਅਗਰ ਤੁਹਾਨੂੰ ਉੱਥੇ ਲੀਗਲੀ ਵਰਕ ਰਾਈਟਸ ਨਹੀਂ ਮਿਲਦੇ ਤਾਂ ਤੁਹਾਨੂੰ ਸਿੰਗਾਪੁਰ ਜਾਣ ਦਾ ਬੈਨੀਫਿਟ ਕੀ ਹੈ? ਦੇਖੋ, ਬਾਕੀ ਕੰਟਰੀ ਅਗਰ ਤੁਸੀਂ ਜਾ ਰਹੇ ਹੋ ਤੁਹਾਨੂੰ ਸਟੱਡੀ ਦੇ ਨਾਲ 20 ਆਵਰਸ ਮਿਲਦੇ ਆ ਸਿਰਫ ਹਫ਼ਤੇ ਦੇ 20 ਘੰਟੇ, ਯਾਨੀ ਕਿ ਡੇਲੀ ਦੇ 4 ਘੰਟੇ, ਸੈਟਰਡੇ ਸੰਡੇ ਫੁੱਲ ਟਾਈਮ। ਹੁਣ ਅਗਰ ਤੁਸੀਂ ਸਿੰਗਾਪੁਰ ਅਪਲਾਈ ਕਰ ਰਹੇ ਹੋ, 6 ਮਹੀਨੇ ਦੀ ਸਟੱਡੀ ਤੋਂ ਬਾਅਦ ਤੁਹਾਨੂੰ ਫੁੱਲ ਟਾਈਮ ਵਰਕ ਰਾਈਟਸ ਮਿਲਿਆ, ਯਾਨੀ ਕਿ 6 ਮਹੀਨੇ ਦੀ ਸਟੱਡੀ ਤੋਂ ਬਾਅਦ ਤੁਹਾਨੂੰ ਉੱਥੇ ਵਰਕ ਪਰਮਿਟ ਮਿਲੇਗਾ, ਜਿਹੜਾ ਕਿ 24 ਦੇ 24 ਘੰਟੇ, ਤੁਸੀਂ ਤੁਹਾਡੀ ਕੈਪੇਬਿਲਿਟੀ ਹੈ, ਤੁਹਾਡੀ ਹਿੰਮਤ ਹੈ, ਤੁਹਾਡੀ ਵਿਲ ਪਾਵਰ ਹੈ, ਤੁਸੀਂ ਕਿੰਨੇ ਘੰਟੇ ਕੰਮ ਕਰ ਸਕਦੇ ਹੋ, 10 ਘੰਟੇ, 15 ਘੰਟੇ, 18 ਘੰਟੇ, ਮੀਨਸ ਕਿ ਤੁਸੀਂ ਬਹੁਤ ਅੱਛੀ ਅਰਨਿੰਗ ਕਰ ਸਕਦੇ ਹੋ। ਲੇਕਿਨ ਪਹਿਲੇ 6 ਮਹੀਨੇ ਦਾ ਤੁਸੀਂ ਇਹ ਸੋਚ ਕੇ ਚੱਲੋ ਕਿ ਅਗਰ ਤੁਹਾਡੇ ਪਹਿਲੇ 6 ਮਹੀਨੇ ਦਾ ਰਹਿਣ ਖਾਣ ਪੀਣ ਦਾ, ਘੁੰਮਣ ਦਾ, ਸਟੱਡੀ ਦਾ ਸਾਰਾ ਮਿਲਾ ਕੇ ਖਰਚਾ ਅਗਰ 60 ਤੋਂ 70 ਹਜ਼ਾਰ ਰੁਪਇਆ ਹੈ ਵੀ ਹੈ, ਅਤੇ ਉਸ ਤੋਂ ਬਾਅਦ ਤੁਸੀਂ 6 ਮਹੀਨੇ ਦੇ ਵਿੱਚ ਐਟਲੀਸਟ 3.5 ਤੋਂ 4 ਲੱਖ ਰੁਪਏ ਬੜਾ ਈਜ਼ਲੀ ਤੁਸੀਂ ਅਰਨ ਕਰ ਸਕਦੇ ਹੋ, ਉਸ ਤੋਂ ਬਾਅਦ ਤੁਸੀਂ ਆਪਣਾ ਵੀਜ਼ਾ ਐਕਸਟੈਂਡ ਕਰਵਾ ਸਕਦੇ ਹੋ। ਕਾਫੀ ਜ਼ਿਆਦਾ ਕੰਸਰਨ ਇਸ ਤਰ੍ਹਾਂ ਦੇ, ਜਿਹੜੇ ਛਵੀ ਮੈਡਮ ਡੀਪਲੀ ਨਾ ਇਨਫੋਰਮੇਸ਼ਨ ਨਹੀਂ ਦਿੰਦੇ ਸਟੂਡੈਂਟ ਨੂੰ ਕਿ ਤੁਹਾਨੂੰ 1 ਸਾਲ ਦੀ ਸਟੱਡੀ ਤੋਂ ਬਾਅਦ ਕਿਸ ਤਰ੍ਹਾਂ ਤੁਹਾਡਾ ਵੀਜ਼ਾ ਐਕਸਟੈਂਡ ਹੋਏਗਾ। ਮੈਂ ਪ੍ਰੋਪਰ ਇਨਫੋਰਮੇਸ਼ਨ ਸਟੂਡੈਂਟਸ ਦਿਆਂਗਾ ਤਾਂ ਕਿ ਕਿਸੇ ਵੀ ਸਟੂਡੈਂਟ ਨੂੰ ਕੋਈ ਮਿਸਗਾਈਡ ਨਾ ਰਹੇ, ਕੋਈ ਇਹ ਨਾ ਹੋਵੇ ਕਿ ਮੈਨੂੰ ਸਾਲ ਬਾਅਦ ਵਾਪਸ ਆਉਣਾ ਪਿਆ, ਮੇਰਾ ਵੀਜ਼ਾ ਐਕਸਟੈਂਡ ਨਹੀਂ ਹੋਇਆ। ਮੈਂ ਪ੍ਰੋਪਰ ਇਨਫੋਰਮੇਸ਼ਨ ਦਿਆਂਗਾ ਇਸ ਪ੍ਰੋਗਰਾਮ ਵਿੱਚ ਸਾਰੇ ਸਟੂਡੈਂਟਸ ਨੂੰ। ਜੀ ਬਿਲਕੁਲ ਬਲਜਿੰਦਰ ਜੀ, ਇਸ ਗੱਲ 'ਚ ਕਿੰਨੀ ਸੱਚਾਈ ਹੈ ਕਿ ਹਰ ਕੋਈ ਸਿੰਗਾਪੁਰ ਨੂੰ ਐਜ਼ ਅ ਪੈਥਵੇ ਪ੍ਰੋਗਰਾਮ ਲੈਂਦਾ ਹੈ, ਅਤੇ ਕਿ ਇਹ ਵਾਕਈ ਸਾਰੇ ਸਟੂਡੈਂਟਸ ਇਸ ਓਪਰਚੁਨਿਟੀ ਨੂੰ ਗ੍ਰੈਬ ਕਰ ਸਕਦੇ ਨੇ, ਜਾਂ ਕੁਛ ਲੱਕੀ ਸਟੂਡੈਂਟਸ ਹੁੰਦੇ ਨੇ ਮੈਂ ਕਹੂੰਗੀ, ਜਾਂ ਕੁਛ ਇੱਦਾਂ ਦੇ ਸਿਲੈਕਟਿਵ ਸਟੂਡੈਂਟਸ ਹੋਣਗੇ ਜਿਹੜੇ ਪੈਥਵੇ ਪ੍ਰੋਗਰਾਮਸ ਨੂੰ ਜਿਹੜੇ ਅਡਾਪਟ ਕਰਦੇ ਨੇ ਸਿੰਗਾਪੁਰ ਦੇ ਵਿੱਚ? ਡੈਫੀਨੇਟਲੀ ਦੇਖੋ, ਮੈਂ ਹਮੇਸ਼ਾ ਹਰ ਪ੍ਰੋਗਰਾਮ 'ਤੇ ਜਿੰਨੇ ਵੀ ਮੇਰੀ ਐਡਸ ਆ ਰਹੀਆਂ ਨੇ, ਜਿੰਨੇ ਚੈਨਲਸ 'ਤੇ ਐਡਸ ਆ ਰਹੀਆਂ ਨੇ, ਮੈਂ ਪ੍ਰੋਪਰ ਬੱਚਿਆਂ ਨੂੰ ਇਨਫੋਰਮੇਸ਼ਨ ਦਿੰਦਾ ਕਿ ਜਦੋਂ ਵੀ ਤੁਸੀਂ ਆਪਣਾ ਵੀਜ਼ਾ ਸਿੰਗਾਪੁਰ ਵਾਸਤੇ ਅਪਲਾਈ ਕਰਨਾ, ਇਹ ਦੇਖੋ ਕਿ ਤੁਸੀਂ ਕਿਹੜੇ ਕਾਲਜ ਆ ਰਹੇ ਹੋ, ਠੀਕ ਹੈ? ਹਰ ਕੰਸਰਨ ਤੁਹਾਨੂੰ ਕਹੇਗਾ ਕਿ ਮੈਂ ਐਜੂਟਰਸਟ ਕਾਲਜ ਵਿੱਚ ਡੀਲ ਕਰ ਰਿਹਾ, ਮੇਰੇ ਪ੍ਰਾਈਵੇਟ ਕਾਲਜ ਨਹੀਂ ਹੈ, EDU ਦੇ ਅੰਡਰ ਮੈਂ ਤੁਹਾਡਾ ਵੀਜ਼ਾ ਅਪਰੂਵ ਕਰਵਾ ਕੇ ਦਿਆਂਗਾ। ਲੇਕਿਨ EDU ਕਾਲਜ ਦੇ ਅੰਡਰ ਵੀ ਅਗਰ ਤੁਸੀਂ ਅਪਲਾਈ ਕਰ ਰਹੇ ਹੋ, ਤੁਹਾਡਾ ਵੀਜ਼ਾ ਲੱਗ ਰਿਹਾ, ਤੁਹਾਡਾ ਕਾਲਜ ਐਜੂਟਰਸਟ ਕਾਲਜ ਦੇ ਅੰਡਰ ਹੈ, ਲੇਕਿਨ ਹਰ ਕਾਲਜ ਦੇ ਕੋਲ ਫੈਸਿਲਿਟੀ ਨਹੀਂ ਹੈ ਕਿ ਤੁਹਾਨੂੰ, ਕਿਉਂਕਿ ਉਹਨਾਂ ਦਾ ਪਾਥਵੇ ਨਹੀਂ ਹੈ ਅੱਗੇ, ਉਹਨਾਂ ਦੇ ਟਾਈ ਅਪਸ ਨਹੀਂ ਹੈ ਯੂਨੀਵਰਸਿਟੀਜ਼ ਦੇ ਨਾਲ, ਜਾਂ ਉਹਨਾਂ ਦੇ ਖੁਦ ਹੀ ਯੂਨੀਵਰਸਿਟੀਜ਼ ਜਾਂ ਕਾਲਜ ਨਹੀਂ ਹੈ ਦੂਸਰੇ ਕੰਟਰੀ ਜਿੱਥੇ ਕਿ ਤੁਹਾਨੂੰ ਉਹ ਪਾਥਵੇ ਪ੍ਰੋਗਰਾਮ ਦੇ ਸਕਦੇ ਆ, ਮਾਈਗ੍ਰੇਸ਼ਨ ਦੇ ਪ੍ਰੋਗਰਾਮ ਦੇ ਸਕਦੇ ਆ। ਸੋ ਇਹ ਜ਼ਰੂਰ ਚੈੱਕ ਕਰੋ ਕਿ ਜਿਹੜੇ ਕਾਲਜ ਮੈਂ ਜਾ ਰਿਹਾ ਕਿ ਕਾਲਜ ਦਾ ਨੈੱਟ 'ਤੇ ਸਰਚ ਕਰੋ, ਖੁਦ ਕਾਲਜ ਨੂੰ ਕਾਲ ਕਰਕੇ ਕਨਫਰਮ ਕਰੋ, ਉਸ ਕੰਸਲਟੈਂਟ ਨੂੰ ਕਹੋ ਕਿ ਅਗਰ ਤੁਹਾਡੇ ਬੱਚੇ ਮਾਈਗ੍ਰੇਟ ਹੋਏ ਆ, ਮੈਨੂੰ ਕੁਛ ਬੱਚਿਆਂ ਦੇ ਫੋਨ ਨੰਬਰ ਜਾਂ ਉਹਨਾਂ ਦੇ ਲੋਕਲ ਐਡਰੈਸ, ਕੁਛ ਪੰਜਾਬ ਦੇ ਕੋਈ ਬੱਚੇ ਨੇ ਉਹਨਾਂ ਦਾ ਕੋਈ ਐਡਰੈਸ ਦਿਓ, ਕ੍ਰੋਸ ਚੈੱਕ ਕਰੋ ਤਾਂ ਕਿ ਤੁਹਾਡੇ ਲੱਖਾਂ ਰੁਪਏ ਦਾ ਕਦੇ ਕਿਹਾ ਹੋਵੇ ਕਿ ਨੁਕਸਾਨ ਹੋ ਗਿਆ, ਠੀਕ ਹੈ ਕਿ ਤੁਸੀਂ ਸੋਚ ਕੇ ਗਏ ਸੀ। ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਇਹੀ ਸੋਚ ਕੇ ਜਾਓ ਕਿ ਅਸੀਂ ਸਿੰਗਾਪੁਰ ਤੋਂ ਅੱਗੇ ਮਾਈਗ੍ਰੇਟ ਹੋਣਾ, ਸਿੰਗਾਪੁਰ ਦੇ ਵਿੱਚ ਵੀ ਲਾਈਫ ਬਹੁਤ ਅੱਛੀ ਹੈ। ਲੇਕਿਨ ਕੋਈ ਬੱਚਾ ਇਸ ਤਰ੍ਹਾਂ ਪ੍ਰੋਗਰਾਮ ਦੇਖ ਰਿਹਾ ਜਿਹੜਾ ਕਿ ਜਾਣਾ ਚਾਹੁੰਦਾ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਕਿਉਂਕਿ ਅੱਜ ਦੀ ਡੇਟ 'ਚ ਅਗਰ ਮੈਂ ਗੱਲ ਕਰਾਂ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਲੈਣਾ, ਤੁਹਾਡਾ 1 ਸਾਲ ਤੋਂ ਜ਼ਿਆਦਾ ਅਕੈਡਮਿਕ ਗੈਪ ਨਹੀਂ ਹੋਣਾ ਚਾਹੀਦਾ। ਨਿਊਜ਼ੀਲੈਂਡ ਦਾ ਵੀਜ਼ਾ ਲੱਗਣਾ, ਤੁਹਾਡੇ ਫੰਡਸ ਹੋ, ਤੁਹਾਡਾ 1 ਸਾਲ ਤੋਂ ਜ਼ਿਆਦਾ ਗੈਪ ਨਹੀਂ ਹੋਣਾ ਚਾਹੀਦਾ। ਕੈਨੇਡਾ ਤੁਸੀਂ ਅਪਲਾਈ ਕਰਨਾ, 2015 ਪਾਸਆਊਟ ਬੱਚਾ ਹੀ ਅਪਲਾਈ ਕਰ ਸਕਦਾ, 14 ਵਾਲਾ ਕਰੇਗਾ ਤੁਹਾਨੂੰ ਵੀਜ਼ਾ ਨਹੀਂ ਮਿਲੇਗਾ। ਸੋ ਹਰ ਕੰਟਰੀ ਮੈਂ ਕਹਾਂਗਾ ਇਸ ਟਾਈਮ ਕ੍ਰੀਮ ਸਟੂਡੈਂਟਸ ਆ ਰਹੀ ਹੈ ਕਿ ਅੱਛੇ ਸਟੂਡੈਂਟ ਜਿਹਨਾਂ ਦੇ ਪਰਸੈਂਟੇਜ ਬਹੁਤ ਅੱਛੇ ਹੋਵੇ, ਆਇਲ ਸਕੋਰ ਬਹੁਤ ਜ਼ਿਆਦਾ ਅੱਛਾ ਹੋਵੇ, ਔਰ ਕਿਸੇ ਕੰਟਰੀ ਸੋ ਰਿਫਿਊਜ਼ਲ ਨਾ ਹੋਵੇ। ਹੁਣ ਜਿਹੜੇ ਬੱਚਿਆਂ ਦੇ ਕਾਫੀ ਮੈਂ ਕਹਾਂਗਾ ਗੈਪ ਬਹੁਤ ਜ਼ਿਆਦਾ ਹੈ, ਆਇਲਸ ਦਾ ਸਕੋਰ ਬਹੁਤ ਘੱਟ ਹੈ, ਜਾਂ ਬਹੁਤ ਪੈਸਾ ਖਰਾਬ ਕਰ ਚੁੱਕੇ ਆ ਵਰਕ ਪਰਮਿਟ ਦੇ ਨਾਮ 'ਤੇ, ਜਾਂ ਸਟੱਡੀ ਵੀਜ਼ੇ ਦੇ ਨਾਮ 'ਤੇ ਵੀ ਕਾਫੀ ਪੈਸਾ ਖਰਾਬ ਕਰ ਚੁੱਕੇ ਆ, ਉਹ ਬੱਚਿਆਂ ਕੋਲ ਇੱਕ ਡ੍ਰੀਮ ਡੈਸਟੀਨੇਸ਼ਨ ਮੈਂ ਕਹਾਂਗਾ, ਇੱਕ ਬਹੁਤ ਸੁਨਹਿਰੀ ਮੌਕਾ ਤੁਹਾਡੇ ਕੋਲ ਕਿ ਤੁਸੀਂ ਸਿੰਗਾਪੁਰ ਜਾ ਕੇ ਵੀ ਵੈਲ ਸੈੱਟ ਉੱਥੇ ਸੋਚ ਸਕਦੇ ਹੋ, ਆਪਣੀ ਲਾਈਫ ਬਾਰੇ ਅੱਛੀ ਅਰਨਿੰਗ ਕਰ ਸਕਦੇ ਹੋ, ਪਾਥਵੇ ਪ੍ਰੋਗਰਾਮ ਵੀ ਤੁਸੀਂ ਸੋਚ ਰਹੇ ਹੋ ਅੱਗੇ ਮਾਈਗ੍ਰੇਟ ਹੋਣ ਦਾ, ਅਤੇ ਤੁਸੀਂ ਅੱਗੇ ਵੀ ਮਾਈਗ੍ਰੇਟ ਹੋ ਸਕਦੇ ਹੋ। ਜੀ ਬਿਲਕੁਲ, ਸਿੰਗਾਪੁਰ ਦੀ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਸਿੰਗਾਪੁਰ ਨੂੰ ਫਿਲਹਾਲ ਸਮਝਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਦਰਸ਼ਕੋ। ਜਿਹੜੀਆਂ ਵੱਡੀਆਂ ਵੱਡੀਆਂ ਐਡਸ ਤੁਸੀਂ ਦੇਖਦੇ ਰਹਿੰਦੇ, ਐਡਵਰਟੀਜ਼ਮੈਂਟਸ ਜਿਹੜੀਆਂ ਤੁਹਾਡੇ ਸਾਹਮਣੇ ਆਉਂਦੀਆਂ ਨੇ, ਪੈਥਵੇ ਪ੍ਰੋਗਰਾਮ ਨੇ, ਤੁਸੀਂ ਜਾ ਸਕਦੇ ਹੋ ਤਾਂ ਕਿਤੇ ਅੱਗੇ ਮੂਵ ਹੋ ਸਕਦੇ ਹੋ। ਜਿਵੇਂ ਕਿ ਬਲਜਿੰਦਰ ਨੇ ਜੇ ਕਿਹਾ ਕਿ ਮਤਲਬ ਹਰ ਕਿਸੇ ਦੀ ਬਸ ਦੀ ਗੱਲ ਨਹੀਂ ਹੈ ਕਿ ਪੈਥਵੇ ਪ੍ਰੋਗਰਾਮ ਲੈ ਕੇ ਅੱਗੇ ਮੂਵ ਹੋ ਜਾਏ, ਉਹਨਾਂ ਨੂੰ ਉੱਥੇ ਜਾ ਕੇ ਅੱਛਾ ਪਰਫੋਰਮ ਕਰਨਾ ਵੀ ਜਿਹੜਾ ਹੈਗਾ ਬੇਹੱਦ ਹੀ ਜ਼ਿਆਦਾ ਲਾਜ਼ਮੀ ਹੁੰਦਾ ਆ। ਇਸ ਤੋਂ ਇਲਾਵਾ ਅਸੀਂ ਆਮ ਤੌਰ 'ਤੇ ਸਿੰਗਾਪੁਰ ਦੇ ਬਾਰੇ ਇਹ ਵੀ ਸੁਣਦੇ ਰਹਿੰਦੇ ਹਾਂ ਕਿ ਜੇ ਤੁਸੀਂ ਸਿੰਗਾਪੁਰ ਜਾਓਗੇ ਤਾਂ ਤੁਹਾਨੂੰ ਇੰਨੀ ਦੀ OGT ਲੱਗ ਜਾਏਗੀ, ਕੋਈ ਏਜੰਟ ਤੁਹਾਨੂੰ $1,000 ਦੀ OGT ਕਮਿਟ ਕਰਦੇ ਨੇ, ਕਈ ਤੁਹਾਨੂੰ $1,500 ਦੀ ਸਿੰਗਾਪੁਰ ਡਾਲਰ ਦੀ OGT ਕਮਿਟ ਕਰਦੇ ਨੇ। ਕੀ ਇਹ ਕਮਿਟਮੈਂਟਸ ਇੱਥੋਂ ਜਿਹੜੀਆਂ ਹੁੰਦੀਆਂ ਨੇ ਕਿ ਉਹ ਫੁਲਫਿਲ ਹੁੰਦੀਆਂ ਨੇ, ਕੀ ਇਹ ਏਜ
ਜਾਂਦਾ ਹਰ ਪ੍ਰੋਗਰਾਮ ਵਿੱਚ ਮੈਂ ਦੇਖਦਾ ਕਿ ਪੁੱਛਿਆ ਜਾਂਦਾ ਕਿ ਓਜੀਟੀ ਕਿਸ ਦੇ ਬਿਹਾਫ ਤੇ ਮਿਲੇਗੀ ਕਿ ਜੋ ਏਜੰਟ ਹੈ ਏਜੰਟ ਦੇ ਜੋ ਟਾਈ ਅਪਸ ਨੇ ਕਿ ਏਜੰਸੀ ਕਮਿਸ਼ਨ ਹੁੰਦੀ ਹੈ ਕਾਫੀ ਕੁਝ ਮਿਸਗਾਈਡ ਕੀਤਾ ਜਾਂਦਾ ਇਸ ਚੀਜ਼ ਨੂੰ ਲੈ ਕੇ ਲੇਕਿਨ ਮੈਂ ਕਲੀਅਰ ਕੱਟ ਇਨਫੋਰਮੇਸ਼ਨ ਦੇਣਾ ਚਾਹਾਂਗਾ ਓਜੀਟੀ ਜਿਹੜੀ ਔਨ ਜੋਬ ਟ੍ਰੇਨਿੰਗ ਹੈ ਉਹ ਸਿਰਫ ਔਰ ਸਿਰਫ ਕਾਲਜ ਤੇ ਡਿਪੈਂਡ ਹੈ ਔਰ ਸਟੂਡੈਂਟ ਦੀ ਕੈਪੇਬਿਲਿਟੀ ਤੇ ਡਿਪੈਂਡ ਹੈ ਉਹਦੇ 'ਚ ਏਜੰਟਸ ਦਾ ਕੋਈ ਰੋਲ ਨਹੀਂ ਹੈ ਕੋਈ ਏਜੰਟਸ ਨੂੰ ਉਹਦੇ 'ਚ ਕਮਿਸ਼ਨ ਨਹੀਂ ਮਿਲਦੀ ਸੋ ਜਿਹੜੇ ਬੱਚਿਆਂ ਦੀ ਇੰਗਲਿਸ਼ ਫਲੂਐਂਸੀ ਬਹੁਤ ਅੱਛੀ ਹੈ ਜਿਹੜੇ ਬੱਚੇ 90% ਅਟੈਂਡੈਂਸ ਦਿਖਾਉਂਦੇ ਆ ਏ ਬੀ ਗ੍ਰੇਡ 'ਚ ਆਪਣਾ ਕੋਰਸ ਪਾਸ ਆਊਟ ਕਰਦੇ ਆ ਔਰ 4-year ਐਜੂਟਰਸ ਕਾਲਜ ਦੇ ਵਿੱਚ ਅਪਲਾਈ ਕਰਦੇ ਆ ਉਹ ਸਟੂਡੈਂਟਸ ਨੂੰ ਮੈਂ ਕਲੀਅਰ ਕੱਟ ਦੱਸਣਾ ਚਾਹਾਂਗਾ ਤੁਹਾਨੂੰ ਓਜੀਟੀ ਮਿਲੇਗੀ 1000+ 1000-1200-1400 ਤੱਕ ਤੁਹਾਨੂੰ ਓਜੀਟੀ ਮਿਲੇਗੀ ਔਰ ਤੁਹਾਡਾ ਓਵਰ ਟਾਈਮ ਐਕਸਟਰਾ ਰਹੇਗਾ ਜਿਹੜੇ ਬੱਚਿਆਂ ਨੂੰ ਦੇਖੋ ਹੁਣ ਕਾਫੀ ਮੈਂ ਦੇਖਦਾ ਪ੍ਰੋਗਰਾਮ ਆਉਂਦੇ ਨੇ ਐਂਕਰ ਕਹਿ ਰਹੇ ਕਿ ਉੱਥੇ ਸਟੂਡੈਂਟਸ ਨੂੰ 500-600 ਸਿੰਗਾਪੁਰ ਡਾਲਰ ਦੀ ਓਜੀਟੀ ਮਿਲੀ ਹੈ ਉਹ ਸਟੂਡੈਂਟਸ ਉਹ ਬੱਚਿਆਂ ਨੂੰ ਮਿਲਦੀ ਹੈ ਜਾਂ ਉਹ ਕਾਲਜ ਨੂੰ ਮਿਲਦੀ ਹੈ ਜਿਹੜੇ ਕਿ ਕਾਲਜ ਬਹੁਤ ਜ਼ਿਆਦਾ ਅੱਛੇ ਨਹੀਂ ਇਸ ਕਰਕੇ ਮੈਂ ਕਹਿ ਰਿਹਾ ਅੱਛੇ ਕੰਸਲੈਂਟ ਤੋਂ ਅਪਲਾਈ ਕਰੋ ਜਿਹਨਾਂ ਦੇ ਅੱਛੇ ਕਾਲਜਿਸ ਦੇ ਨਾਲ ਟਾਈਅਪ ਹੈ ਤਾਂ ਕਿ ਐਟਲੀਸਟ ਸਾਨੂੰ 1000-1200-1200 ਦੀ ਓਜੀਟੀ ਲੱਗੇ ਤਾਂ ਕਿ ਜਿਹੜਾ ਕਿ ਕਮਿਟ ਕੀਤਾ ਜਾਂਦਾ ਕਿ ਸਿੰਗਾਪੁਰ ਤੁਸੀਂ ਇੱਥੋਂ ਵੀਜ਼ਾ ਲਗਵਾਉਣ ਤੋਂ ਬਾਅਦ ਪਰ ਮੰਥ 70-80,000 ਤੁਸੀਂ ਅਰਨ ਕਰ ਸਕਦੇ ਹੋ ਸੋ ਤਾਂ ਹੀ ਪੋਸੀਬਲ ਹੈ ਅਗਰ ਤੁਸੀਂ 4-year ਐਡੂਟਰਸਟ ਕਾਲਜ ਦੇ ਵਿੱਚ ਅਪਲਾਈ ਕਰ ਰਹੇ ਹੋ ਤੁਸੀਂ ਅੱਛੇ ਕਾਲਜ 'ਚ ਅਪਲਾਈ ਕਰ ਰਹੇ ਹੋ ਉਹ ਕਾਲਜ ਦੀ ਰੈਪੂਟੇਸ਼ਨ ਬਹੁਤ ਅੱਛੀ ਹੈ ਕਈ ਕਾਲਜ ਕੀ ਕਰ ਰਿਹਾ ਕਿ ਓਜੀਟੀ ਬੱਚਿਆਂ ਨੂੰ ਜ਼ਰੂਰ $1000 ਦੀ ਮਿਲ ਰਹੀ ਹੈ ਲੇਕਿਨ ਬੱਚੇ ਨੂੰ ਦਿੱਤੀ ਜਾ ਰਹੀ ਹੈ 600-400 ਕਾਲਜ ਆਪਣੀ ਕਮਿਸ਼ਨ ਕੱਟ ਕਰ ਰਿਹਾ ਸੋ ਸਾਈਂ ਓਵਰਸੀਜ਼ ਹਮੇਸ਼ਾ ਕਹਿੰਦਾ ਕਿ ਜਿਹੜੇ ਸਾਡੇ ਬੱਚੇ ਕੋਲ ਤੁਸੀਂ ਅਪਲਾਈ ਕਰੋਗੇ ਸਾਡੇ ਸਟੂਡੈਂਟਸ ਨੂੰ ਮਿਨੀਮਮ 900 ਦੀ ਓਜੀਟੀ ਲੱਗਦੀ ਹੈ ਓਵਰ ਟਾਈਮ ਐਕਸਟਰਾ ਤਾਂ ਕਿ ਜਿਹੜੇ ਸਾਡੇ ਕੋਲ ਸਟੂਡੈਂਟਸ ਅਪਲਾਈ ਕਰਨਗੇ ਉਹ ਬੱਚੇ ਬਹੁਤ ਜ਼ਿਆਦਾ ਹੈਪੀ ਆ ਔਰ ਮੈਂ ਦੱਸ ਰਿਹਾ ਕਿ ਤੁਸੀਂ ਜਿਵੇਂ ਕਿ ਕੁਐਸਚਨ ਸੀ ਕਿ ਤੁਹਾਡਾ 1 ਸਾਲ ਤੋਂ ਬਾਅਦ ਵੀਜ਼ਾ ਕਿਸ ਤਰ੍ਹਾਂ ਐਕਸਟੈਂਡ ਹੋਏਗਾ ਬੱਚਿਆਂ ਦਾ ਸੋ ਮੈਂ ਉਹ ਵੀ ਬੱਚਿਆਂ ਨੂੰ ਇਨਫੋਰਮੇਸ਼ਨ ਜ਼ਰੂਰ ਦੇਣਾ ਚਾਹਾਂਗਾ ਜਿਹੜੇ ਸਟੂਡੈਂਟ ਦੀ ਕੁਆਲੀਫਿਕੇਸ਼ਨ 10+2 ਹੈ ਉਹ ਬੱਚਾ ਅਗਰ ਇੱਥੋਂ ਅਪਲਾਈ ਕਰੇਗਾ ਸਿੰਗਾਪੁਰ ਵਾਸਤੇ ਫਸਟ ਐਂਡ ਫਾਲ ਉਹਨੂੰ ਮਿਲੇਗਾ ਡਿਪਲੋਮਾ ਜਿਹੜਾ ਬੱਚੇ ਦੀ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਪਾਸ ਆਊਟ ਹੈ ਉਹ ਬੱਚੇ ਨੂੰ ਅਸੀਂ ਦੇਵਾਂਗੇ ਐਡਵਾਂਸ ਡਿਪਲੋਮਾ ਐਡਵਾਂਸ ਡਿਪਲੋਮਾ ਕੰਪਲੀਟ ਕਰਨ ਤੋਂ ਬਾਅਦ 1 ਸਾਲ ਦੀ ਸਟੱਡੀ ਤੋਂ ਬਾਅਦ ਮੀਨਸ ਕਿ ਤੁਹਾਨੂੰ 6 ਮੰਥ ਦੀ ਸਟੱਡੀ ਹੋਏਗੀ 6 ਮੰਥ ਦੀ ਔਨ ਜੋਬ ਟ੍ਰੇਨਿੰਗ ਯਾਨੀ ਕਿ ਪੂਰੇ 1 ਸਾਲ ਦਾ ਤੁਹਾਡਾ ਕੋਰਸ ਹੋਏਗਾ 6 ਮੰਥ ਦੀ ਤੁਹਾਡੀ ਸਟੱਡੀ ਹੋਏਗੀ ਆਫਟਰ ਦੈਟ 6 ਮੰਥ ਦੀ ਤੁਹਾਡੀ ਔਨ ਜੋਬ ਟ੍ਰੇਨਿੰਗ ਤੁਹਾਨੂੰ ਮਿਲੇਗੀ ਜਿਹਨੂੰ ਕਿ ਅਸੀਂ ਓਜੀਟੀ ਕਹਿੰਦੇ ਹਾਂ ਸੋ ਉਹ ਸਟੂਡੈਂਟ ਨੂੰ 1 ਸਾਲ ਦਾ ਐਡਵਾਂਸ ਡਿਪਲੋਮਾ ਕੰਪਲੀਟ ਕਰਨ ਤੋਂ ਬਾਅਦ 2 ਸਾਲ ਦਾ ਵਾਸਤੇ ਬੱਚਾ ਉੱਥੇ ਐਸ ਪਾਸ ਆਪਣਾ ਅਪਲਾਈ ਕਰ ਸਕਦਾ ਹੈ ਐਸ ਪਾਸ ਮੀਨਸ ਸਕਿਲਡ ਪਾਸ 2 ਸਾਲ ਦਾ ਜਿਹੜਾ ਵਰਕ ਪਰਮਿਟ ਤੁਹਾਡਾ ਹੋਏਗਾ ਅਗਰ ਕੋਈ ਸਟੂਡੈਂਟ ਦੀ ਕੁਆਲੀਫਿਕੇਸ਼ਨ 10+2 ਹੈ ਤਾਂ ਫਸਟ ਐਂਡ ਫਾਲ ਉਹਨੂੰ 1 ਸਾਲ ਦੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ 2nd year ਉਹਨੂੰ ਫਿਰ ਸਟੱਡੀ ਕੰਪਲੀਟ ਕਰਨੀ ਪਏਗੀ ਜਿਹੜਾ ਕਿ ਹੋਏਗਾ ਐਡਵਾਂਸ ਡਿਪਲੋਮਾ ਹੁਣ ਸਟੂਡੈਂਟ ਨੂੰ ਸਾਈਂ ਓਵਰਸੀਜ਼ ਤੋਂ ਕੀ ਬੈਨੀਫਿਟ ਰਹੇਗਾ ਅਪਲਾਈ ਕਰਨ ਦਾ ਇਹ ਮੈਂ ਆਪਣੇ ਵਿਊਅਰਸ ਨੂੰ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਅਗਰ ਕੋਈ ਬੱਚਾ ਸਾਈਂ ਓਵਰਸੀਜ਼ ਤੋਂ ਅਪਲਾਈ ਕਰ ਰਿਹਾ ਤੇ 1 ਸਾਲ ਦੀ ਸਟੱਡੀ ਤੋਂ ਬਾਅਦ ਜਿਹੜਾ ਤੁਸੀਂ 2nd year ਦੀ ਐਡਵਾਂਸ ਡਿਪਲੋਮੇ ਦੀ ਐਡਮਿਸ਼ਨ ਲੈਣੀ ਹੈ ਉਹਦੇ ਵੀ ਤੁਹਾਨੂੰ ਫੀਸ ਦਾ ਕਾਫੀ ਜ਼ਿਆਦਾ ਵੇਵ ਆਫ ਮਿਲੇਗਾ ਨੀਅਰ ਅਬਾਊਟ ਤੁਹਾਡੀ ਜੇ ਕਿਸੇ ਐਡਵਾਂਸ ਡਿਪਲੋਮੇ ਵਾਸਤੇ ਤੁਸੀਂ ਐਡਮਿਸ਼ਨ ਲਓਗੇ ਤੁਹਾਡੀ ਫੀਸ ਰਹੇਗੀ $3000 ਦੇ ਕਰੀਬ ਅਗਰ ਮੈਂ ਇੰਡੀਅਨ ਰੂਪੀਜ਼ ਦੇ ਅਕੋਰਡਿੰਗ ਦੱਸਾਂ ਤਾਂ ਨੀਅਰ ਅਬਾਊਟ ਤੁਹਾਡੀ 1.5 ਲੱਖ ਦੇ ਕਰੀਬ ਤੁਹਾਡੀ ਫੀਸ ਰਹੇਗੀ ਸੋ ਇਹ ਬੈਨੀਫਿਟ ਹੈ ਅਗਰ ਤੁਸੀਂ ਸਾਈਂ ਓਵਰਸੀ ਐਜੂਕੇਸ਼ਨ ਸਰਵਿਸ ਤੋਂ ਆਪਣੀ ਫਾਈਲ ਪ੍ਰੋਸੈਸ ਕਰਵਾਓਗੇ ਇੱਥੇ ਬਲਜਿੰਦਰ ਤੁਸੀਂ ਦੱਸਿਆ ਕਿ ਇੱਕ ਚੰਗੇ ਕਾਲਜ ਦੇ ਵਿੱਚ ਕੋਰਸ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਸੋ ਮੈਂ ਇਹ ਜ਼ਰੂਰ ਜਾਣਨਾ ਚਾਹੂੰਗੀ ਕਿ ਦਰਸ਼ਕਾਂ ਦੇ ਆਪਣੇ ਜਿਹੜੀ ਸੈਟੀਸਫੈਕਸ਼ਨ ਵਾਸਤੇ ਕਿਉਂਕਿ ਅਸੀਂ ਮੋਸਟਲੀ ਸਟੂਡੈਂਟਸ ਨੂੰ ਇਹ ਕਹਿੰਦੇ ਕਿ ਤੁਸੀਂ ਆਨਲਾਈਨ ਜਾ ਕੇ ਚੈੱਕ ਕਰ ਸਕਦੇ ਹੋ ਨੈਟ ਤੇ ਕਾਫੀ ਇਨਫੋਰਮੇਸ਼ਨ ਅਵੇਲੇਬਲ ਹੈ ਲੇਕਿਨ ਕੁਝ ਜੇ ਤੁਹਾਨੂੰ ਥੋੜੀ ਗਾਈਡਲਾਈਨਸ ਮਿਲਣ ਤਾਂ ਉਹ ਜ਼ਿਆਦਾ ਹੋਰ ਤਰੀਕੇ ਨਾਲ ਅੱਛੇ ਤਰੀਕੇ ਨਾਲ ਸਰਚ ਕਰ ਸਕਦੇ ਨੇ ਸੋ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਕਿਸ ਤਰ੍ਹਾਂ ਦੇ ਕਾਲਜਿਸ ਜਿਹੜੇ ਹੈਗੇ ਨੇ ਚੰਗੇ ਕਾਲਜ ਦੀ ਲਿਸਟ ਦੇ ਵਿੱਚ ਆਉਂਦੇ ਨੇ ਤੇ ਕੀ ਸਾਈਂ ਓਵਰਸੀਜ਼ ਦਾ ਇਹਨਾਂ ਸਾਰੇ ਕਾਲਜਿਸ ਦੇ ਨਾਲ ਟਾਈ ਅਪ ਹੈ ਸੋ ਮੈਂ ਕਲੀਅਰ ਕੱਟ ਦੱਸਣਾ ਚਾਹਾਂਗਾ ਸਟੂਡੈਂਟਸ ਨੂੰ ਸਾਈਂ ਓਵਰਸੀਜ਼ ਇੱਕ ਐਸੀ ਕੰਪਨੀ ਹੈ ਜਿਵੇਂ ਕਿ ਸਟੂਡੈਂਟਸ ਨੇ ਮੇਰੇ ਖੁਦ ਸਟੂਡੈਂਟਸ ਦਾ ਫੀਡਬੈਕ ਹੈ ਕਿ ਜਿਹੜੇ ਸਟੂਡੈਂਟਸ ਉੱਥੋਂ ਮੇਰੇ ਵਾਪਸ ਆਏ ਨੇ ਜਿਵੇਂ ਕਿ ਕੋਈ ਮੈਰਿਜ ਕਰਾਉਣ ਵਾਸਤੇ ਵਾਪਸ ਆਇਆ ਕੋਈ ਕਿਸੇ ਰੀਜ਼ਨ ਤੋਂ ਕੋਈ ਹੌਲੀਡੇਸ 'ਚ ਵਾਪਸ ਆਇਆ ਤੇ ਸਟੂਡੈਂਟ ਦਾ ਕਹਿਣਾ ਹੁੰਦਾ ਕਿ ਜਿੰਨੇ ਵੀ ਅਸੀਂ ਉੱਥੇ ਪਰਸਨ ਨੂੰ ਮਿਲੇ ਆ ਅਗਰ ਅਸੀਂ 10 ਸਟੂਡੈਂਟਸ ਨੂੰ ਪੁੱਛਦੇ ਹਾਂ ਕਿ ਤੁਸੀਂ ਕਿਹੜੇ ਕੰਪਨੀ ਥਰੂ ਆਇਆ ਤੇ 10 ਵਿੱਚੋਂ 8 ਸਟੂਡੈਂਟਸ ਦਾ ਕਹਿਣਾ ਇਹ ਹੁੰਦਾ ਕਿ ਮੈਂ ਸਾਈਂ ਓਵਰਸੀਜ਼ ਐਜੂਕੇਸ਼ਨ ਸਰਵਿਸ ਦੇ ਥਰੂ ਇੱਥੇ ਆਇਆ ਸੋ ਦਾ ਰੀਜ਼ਨ ਇਹ ਹੈ ਕਿ ਸਾਡਾ ਪੈਕੇਜ ਵੀ ਬਹੁਤ ਜ਼ਿਆਦਾ ਲੈਸ ਹੈ ਕਿਉਂਕਿ ਅਸੀਂ ਬਹੁਤ ਜ਼ਿਆਦਾ ਕੁਆਂਟੀਟੀ 'ਚ ਬੱਚੇ ਭੇਜ ਰਹੇ ਹਾਂ ਆਮ ਨੋਰਮਲ ਸੁਣਿਆ ਜਾਂਦਾ ਕਿ ਸਿੰਗਾਪੁਰ ਦੇ ਵੀ ਤੁਹਾਨੂੰ 3-4 ਲੱਖ ਦਾ ਪੈਕੇਜ ਮਿਲਦਾ ਸਾਡੀ ਕੰਪਨੀ ਕਾਫੀ ਜ਼ਿਆਦਾ ਲੈਸ ਤੁਹਾਨੂੰ ਦਿੰਦੀ ਹੈ ਕਿਉਂਕਿ ਸਾਡੇ ਕੋਲ ਫੀਸਿਸ ਜਿਹੜੇ ਬੱਚੇ ਅਸੀਂ ਭੇਜ ਰਹੇ ਹਾਂ ਅਸੀਂ ਕਾਲਜ ਤੋਂ ਸਕਾਲਰਸ਼ਿਪ ਲੈ ਕੇ ਬੱਚਿਆਂ 'ਚ ਮੈਂ ਕਹਾਂਗਾ ਬੱਚਿਆਂ ਨੂੰ ਉਸ ਚੀਜ਼ ਦਾ ਬੈਨੀਫਿਟ ਦੇ ਰਹੇ ਹਾਂ ਨਾ ਕਿ ਖੁਦ ਅਸੀਂ ਆਪਣੀ ਕਮਿਸ਼ਨ ਇਨਕਰੀਜ਼ ਕਰ ਰਹੇ ਹਾਂ ਸੋ ਪਰ ਮੰਥ ਨੀਅਰ ਅਬਾਊਟ 100 ਸਟੂਡੈਂਟ ਅਸੀਂ ਸਿੰਗਾਪੁਰ ਭੇਜ ਰਹੇ ਹਾਂ ਔਰ ਜਿੰਨਾ ਮੇਰਾ ਸਟੂਡੈਂਟ ਜਾ ਰਿਹਾ ਬਹੁਤ ਜ਼ਿਆਦਾ ਹੈਪੀ ਹੈ ਕਾਫੀ ਸਟੂਡੈਂਟਸ ਨੂੰ ਅਸੀਂ ਪਾਥਵੇ ਪ੍ਰੋਗਰਾਮ ਵਿੱਚ ਵੀ ਅੱਗੇ ਮਾਈਗ੍ਰੇਸ਼ਨ ਦੀ ਆਪਸ਼ਨ ਦਿੱਤੀ ਹੈ ਕਾਫੀ ਸਟੂਡੈਂਟਸ ਮੇਰੇ ਆਸਟ੍ਰੇਲੀਆ ਗਏ ਹੈ ਮੀਨਸ ਕਿ ਮੈਂ ਕਹਿ ਰਿਹਾ ਕਿ ਜਿਹੜਾ ਵੀ ਸਟੂਡੈਂਟ ਕਿਸੇ ਵੀ ਕੰਪਨੀ ਤੋਂ ਅਪਲਾਈ ਕਰਦਾ ਹੈ ਜ਼ਰੂਰ ਉਹਨਾਂ ਨੂੰ ਕਵੇ ਕਿ ਮੈਨੂੰ ਕੋਈ 2-4 ਬੱਚਿਆਂ ਦੇ ਨੰਬਰ ਦਿਓ ਮੇਰੇ ਕੋਲ ਤੁਸੀਂ ਆਓ ਮੇਰੇ ਕੋਲ
ਪ੍ਰੋਪਰ ਮੈਂ ਤੁਹਾਨੂੰ ਵੀਜ਼ਾ ਚੈੱਕ ਕਰਾਵਾਂਗਾ, ਪਾਸਪੋਰਟ ਨੰਬਰ ਤੁਸੀਂ ਉਹਨਾਂ ਦੇ ਮੈਚ ਕਰ ਸਕਦੇ ਹੋ, ਤੁਸੀਂ ਉਹਨਾਂ ਦਾ ਐਡਰੈਸ ਲੋਕਲ ਜਿਹੜਾ ਕਿ ਪੰਜਾਬ ਦਾ ਐਡਰੈਸ ਹੋਏਗਾ, ਤੁਸੀਂ ਪੰਜਾਬ ਦਾ ਐਡਰੈਸ, ਉਹਨਾਂ ਦਾ ਫੋਨ ਨੰਬਰ ਲੈ ਕੇ ਉਹਨਾਂ ਨੂੰ ਕਾਲ ਕਰਕੇ ਪ੍ਰੋਪਰ ਵੈਰੀਫਾਈ ਕਰ ਸਕਦੇ ਹੋ। ਇਸੇ ਕਰਕੇ ਮੈਂ ਸਿੰਗਾਪੁਰ ਨੂੰ ਇੰਨਾ ਜ਼ਿਆਦਾ ਪ੍ਰਮੋਟ ਕਰ ਰਿਹਾ, ਕਾਫੀ ਜ਼ਿਆਦਾ ਕੰਸਰਨਡ ਆ ਜਿਹੜੇ ਕਿ ਮੈਂ ਕਹਾਂਗਾ ਕਿ ਕਹਿ ਰਹੇ ਕਿ ਸਿੰਗਾਪੁਰ ਸਾਈਪ੍ਰਸ ਦਾ ਵੀਜ਼ਾ ਨਹੀਂ ਲੱਗਦਾ ਜਾਂ ਅੱਜ ਕੱਲ੍ਹ ਸਕਸੈਸ ਰੇਟ ਨਹੀਂ ਹੈ। ਉਹਦਾ ਰੀਜ਼ਨ ਸਿਰਫ ਇੱਕ ਹੈ ਕਿ ਉਹਨਾਂ ਨੂੰ ਪਤਾ ਨਹੀਂ ਕਿ ਗੈਪ ਵਾਲੀ ਫਾਈਲ ਅੰਬੈਸੀ ਦੇ ਅੱਗੇ ਕਿਸ ਤਰ੍ਹਾਂ ਰੀਪ੍ਰਜੈਂਟ ਕਰਨੀ ਹੈ ਕਿ ਕਿਸੇ ਬੱਚੇ ਦਾ ਸਪੋਜ਼ ਗੈਪ ਹੈ 8 ਤੋਂ 10 ਸਾਲ ਦਾ। ਹੁਣ ਵਿਦ ਆਇਲਸ ਕੰਟਰੀ 'ਚ ਤਾਂ ਠੀਕ ਹੈ ਕਿ ਅੱਜ ਦੀ ਡੇਟ ਤੁਸੀਂ ਆਸਟ੍ਰੇਲੀਆ ਅਪਲਾਈ ਕਰਨਾ, ਨਿਊਜ਼ੀਲੈਂਡ ਕਰਨਾ, ਕੈਨੇਡਾ ਕਰਨਾ, 1 ਸਾਲ ਦਾ ਗੈਪ ਤਾਂ ਅਸੈਪਟੇਬਲ ਹੈ। ਹੁਣ 1 ਸਾਲ ਤੋਂ ਜ਼ਿਆਦਾ ਅਗਰ ਫਾਈਲ ਹੈ ਤਾਂ ਉਹਨਾਂ ਨੇ ਫਾਈਲ ਹੀ ਨਹੀਂ ਉਸ ਕੰਟਰੀ ਨੇ, ਕਾਲਜ ਨੇ ਅਸੈਪਟ ਕਰਨੀ। ਸੋ ਗੈਪ ਵਾਲੇ ਜਿਹੜੀ ਕਾਲਜ ਨੇ, ਗੈਪ ਵਾਲੀ ਜਿਹੜੀ ਕੰਟਰੀਜ਼ ਨੇ, ਉਹਨਾਂ ਨੂੰ ਅਗਰ ਤੁਸੀਂ ਫਾਈਲ ਲਗਾਉਣੀ ਹੈ, ਇਹ ਨਹੀਂ ਕਿ ਬੱਚੇ ਦਾ 10 ਸਾਲ ਦਾ ਗੈਪ ਹੈ, 10 ਸਾਲ ਬੱਚੇ ਛਵੀ ਮੈਡਮ ਘਰ ਬੈਠਾ ਹੋਇਆ ਤੋ ਕਵੇ ਕਿ ਮੈਂ 10 ਸਾਲ ਤੋਂ ਕੁਛ ਨਹੀਂ ਕੀਤਾ ਤਾਂ ਉਹਦਾ ਵੀਜ਼ਾ ਲੱਗ ਜਾਏਗਾ, ਐਸਾ ਨਹੀਂ ਹੈ। ਤੁਹਾਨੂੰ ਸ਼ੋਅ ਕਰਨਾ ਪਏਗਾ ਕਿ ਇਸ ਰੀਜ਼ਨ ਤੋਂ ਕੀ ਸਰਕਮ ਚਾਂਸ ਹੈ। ਹੁਣ ਤੁਸੀਂ ਕਿਉਂ ਕੰਟੀਨਿਊ ਸਟੱਡੀ ਕਰਨਾ ਚਾਹ ਰਹੇ ਹੋ, 10 ਸਾਲ ਦੇ ਵੀ ਤੁਸੀਂ ਕੀ ਕੀਤਾ, ਉਹ ਕੁਛ ਨਾ ਕੁਛ ਕਲੈਰੀਫਿਕੇਸ਼ਨ ਤੁਹਾਨੂੰ ਦੇਣੀ ਪਏਗੀ, ਤਾਂ ਹੀ ਤੁਹਾਡਾ ਵੀਜ਼ਾ ਲੱਗੇਗਾ। ਸੋ ਇਸੇ ਕਰਕੇ ਜਿਹੜੇ ਮੈਂ ਕਹਾਂਗਾ ਉਸ ਕੰਪਨੀ ਕੋਲ ਅਪਲਾਈ ਕਰੋ ਜਿਹੜੇ ਕਾਫੀ ਸਾਲਾਂ ਤੋਂ ਵਿਦਆਊਟ ਆਇਲਸ ਕੰਟੀਨਿਊ ਪ੍ਰਮੋਟ ਕਰ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਤੁਹਾਡੀ ਫਾਈਲ ਅੰਬੈਸੀ ਦੇ ਕੇ ਕਿਸ ਤਰ੍ਹਾਂ ਰੀਪ੍ਰਜੈਂਟ ਕਰਨੀ ਹੈ, ਕਿਸ ਤਰ੍ਹਾਂ ਤੁਹਾਨੂੰ 100% ਵੀਜ਼ਾ ਲੈ ਕੇ ਦੇਣਾ। ਜੀ, ਇੱਕ ਹੋਰ ਗੱਲ ਇੱਥੇ ਸਿੰਗਾਪੁਰ ਨੂੰ ਲੈ ਕੇ ਪੁੱਛਣਾ ਚਾਹੂੰਗੀ, ਜਿਵੇਂ ਕਿ ਸਾਈ ਓਵਰਸੀਜ਼ ਕਾਫੀ ਟਾਈਮ ਤੋਂ ਜਿਹੜਾ ਸਿੰਗਾਪੁਰ ਦੇ ਵਿੱਚ ਡੀਲ ਕਰਦਾ ਆ ਰਿਹਾ, ਲੇਕਿਨ ਵੱਖ ਵੱਖ ਐਕਸਪਰਟਸ ਜਿਹੜੇ ਹੈਗੇ ਨੇ ਸਿੰਗਾਪੁਰ ਨੂੰ ਹੀ ਲੈ ਕੇ ਡਿਫਰੈਂਟ ਡਿਫਰੈਂਟ ਪੈਕੇਜਿਸ ਜਿਹੜੇ ਹੈਗੇ ਨੇ ਸਟੂਡੈਂਟ ਸਾਹਮਣੇ ਇੰਟਰੋਡਿਊਸ ਕਰਦੇ ਨੇ। ਸੋ ਓਬਵੀਅਸ ਜੀ ਜਿਹੀ ਗੱਲ ਹੈ ਕਿ ਬਲਜਿੰਦਰ ਜੀ, ਸਟੂਡੈਂਟ ਤਾਂ ਕਨਫਿਊਜ਼ ਹੋਏਗਾ ਹੋਏਗਾ। ਹੁਣ ਜਿੱਥੇ ਇੱਕ ਏਜੰਟ ਉਹਨੂੰ 3.5 ਲੱਖ ਰੁਪਏ ਦਾ ਪੈਕੇਜ ਦੱਸ ਰਿਹਾ ਅਤੇ ਦੂਜਾ ਉਹਨੂੰ ਜੇ 2.5 ਲੱਖ ਦਾ ਦੱਸ ਰਿਹਾ, ਅਤੇ ਸਟੂਡੈਂਟ ਡੈਫੀਨੇਟਲੀ 2.5 ਲੱਖ ਦੇ ਪੈਕੇਜ ਨੂੰ ਜਿਹੜਾ ਹੈਗਾ ਆ ਥੋੜ੍ਹਾ ਜਿਹਾ ਜ਼ਿਆਦਾ ਐਂਟਰਟੇਨ ਕਰਨਗੇ ਕਿ ਚਲੋ ਪੈਸੇ ਬਚ ਰਹੇ ਨੇ ਅਤੇ ਅਸੀਂ 2.5 ਲੱਖ ਦੇ ਪੈਕੇਜ ਦੇ ਵਿੱਚ ਚੱਲ ਜਾਂਦੇ, ਪਹੁੰਚਣਾ ਤਾਂ ਸਿੰਗਾਪੁਰ ਹੀ ਹੈ। ਅਤੇ ਕੀ ਡਿਫਰੈਂਸ ਹੈ ਕਿ ਇਸ ਤਰ੍ਹਾਂ ਦੇ ਪੈਕੇਜਿਸ ਨੂੰ ਐਂਟਰਟੇਨ ਕਰਨਾ ਚਾਹੀਦਾ, ਵੇਰੀ ਕਿਉਂ ਕਰਦੇ ਨੇ ਹਰ ਕੰਸਲਟੈਂਟ ਦੇ ਪੈਕੇਜਿਸ, ਇਸ ਦੇ ਪਿੱਛੇ ਕੀ ਰੀਜ਼ਨ ਹੈ? ਦੇਖੋ, ਬਹੁਤ ਵੈਲਿਡ, ਬਹੁਤ ਜੈਨੂਇਨ ਕੁਐਸਚਨ ਹੈ ਤੁਹਾਡਾ, ਕਿ ਹਰ ਇੱਕ ਜਿਹੜਾ ਵਿਊਅਰਸ ਪ੍ਰੋਗਰਾਮ ਦੇਖ ਰਿਹਾ ਹੋਏਗਾ ਉਹਦੇ ਕੁਐਸਚਨ ਮਨ ਵਿੱਚ ਜ਼ਰੂਰ ਪੁੱਟ ਹੋਏਗਾ, ਔਰ ਐਡਸ ਦੇਖ ਕੇ ਵੀ ਉਹ ਜ਼ਰੂਰ ਜ਼ਿਆਦਾ ਕਨਫਿਊਜ਼ ਹੁੰਦੇ ਹੋਣਗੇ ਕਿ ਕਿਸੇ ਦਾ ਪੈਕੇਜ ਆ ਰਿਹਾ 2.5 ਲੱਖ ਦਾ, ਕਿਸੇ ਦਾ 3 ਲੱਖ ਦਾ, ਕਿਸੇ ਦਾ 3.5 ਲੱਖ ਦਾ, ਈਵਨ ਕਿ 3.80-4 ਲੱਖ ਤੱਕ ਵੀ ਪੈਕੇਜ ਆ ਰਿਹਾ। ਦੇਖੋ, ਬੱਚਾ ਬੜਾ ਈਜ਼ੀ ਆਪਣੀ ਅਸੈਸ ਕਰ ਸਕਦਾ ਆਪਣੀ ਫਾਈਲ, ਪਹਿਲੇ ਆਪਣੇ ਦੇਖੇ ਆਫਰ ਲੈਟਰ ਕਿ ਮੇਰੇ ਕਿਹੜੇ ਕਾਲਜ ਤੋਂ ਆਫਰ ਲੈਟਰ ਆਈ ਹੈ, ਮੇਰੀ ਫੀਸ ਕਿੰਨੀ ਹੈ, ਪਹਿਲੇ ਉਹਨੂੰ ਕਾਊਂਟ ਕਰੇ, ਫਿਰ ਜੋ ਰੇਟ ਹੈ ਨੀਅਰ ਅਬਾਊਟ 47-48 ਸਿੰਗਾਪੁਰ ਡਾਲਰ ਰੇਟ ਹੈ, ਉਹਦੇ ਨਾਲ ਉਹਨੂੰ ਮਲਟੀਪਲਾਈ ਕਰੇ, ਫਿਰ ਦੇਖੇ ਕਿ ਜਿਹੜਾ ਮੈਨੂੰ 2.5 ਲੱਖ ਦਾ ਦੇ ਰਿਹਾ ਉਹਦੀ ਕਿੰਨੀ ਫੀਸ ਹੈ ਕਾਲਜ ਦੀ, ਕਿ ਉਹ ਕਾਲਜ ਐਜੂਟਸ ਠੀਕ ਹੈ ਲੇਕਿਨ ਕਿੰਨੇ ਟਾਈਮ ਪੀਰੀਅਡ ਦੀ ਫੀਸ ਜਾ ਰਹੀ ਹੈ, ਤਾਂ ਨਹੀਂ ਕਿ ਤੁਹਾਡੀ ਫੀਸ ਜਿਹੜੀ ਕਿ ਹਾਫ ਸਮੈਸਟਰ ਦੀ ਜਾ ਰਹੀ ਹੈ, 6 ਮਹੀਨੇ ਦੀ, ਸਾਲ ਦੀ ਤੁਹਾਡੀ ਫੀਸ ਨਹੀਂ ਜਾ ਰਹੀ, ਫਿਰ ਤੁਹਾਨੂੰ ਪੈਕੇਜ ਦੇ ਵਿੱਚ ਕੀ ਦਿੱਤਾ ਜਾ ਰਿਹਾ, ਤੁਹਾਡੀ ਅੰਬੈਸੀ ਫੀਸ ਇੰਕਲੂਡ ਹੈ, ਤੁਹਾਡੀ ਐਪਲੀਕੇਸ਼ਨ ਇੰਕਲੂਡ ਹੈ, ਤੁਹਾਡੀ ਏਅਰ ਟਿਕਟ ਇੰਕਲੂਡ ਹੈ, ਇਹ ਸਾਰੀਆਂ ਫੀਸਾਂ, ਤੁਹਾਡੇ ਮੈਡੀਕਲ ਦੇ ਇਸ ਪਾਸ ਦੇ ਤੁਹਾਡੀ ਫੀਸਿਸ ਇੰਕਲੂਡ ਹੈ, ਤੁਹਾਡੀ ਓਨ ਜੋਬ ਟ੍ਰੇਨਿੰਗ ਦੀ ਫੀਸ ਇੰਕਲੂਡ ਹੈ ਕਿ ਨਹੀਂ ਇੰਕਲੂਡ, ਤੁਹਾਡੀ ਯੂਨੀਫਾਰਮ ਦੇ, ਤੁਹਾਡੀ ਬੁੱਕਸ ਦੇ, ਸਾਰੇ ਜਿਹੜੇ ਮੈਂ ਗੱਲ ਕਰਾਂਗਾ, ਬਹੁਤ ਜ਼ਿਆਦਾ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ। ਇਸੇ ਚੀਜ਼ 'ਤੇ ਹੀ ਬੱਚਿਆਂ ਨੂੰ ਮਿਸਗਾਈਡ ਕੀਤਾ ਜਾਂਦਾ, ਸਸਤੇ ਦੇ ਚੱਕਰੇ 'ਚ ਲਵਾਇਆ ਜਾਂਦਾ, ਉੱਥੇ ਜਾ ਕੇ ਬੱਚੇ ਨੂੰ 1-1.5 ਲੱਖ ਰੁਪਇਆ ਹੋਰ ਪੇ ਕਰਨਾ ਪੈਂਦਾ। ਇਹੀ ਰੀਜ਼ਨ ਹੁੰਦਾ ਹੈ ਕਿ ਬਾਅਦ 'ਚ ਕ੍ਰਿਟੀਸਾਈਜ਼ ਹੁੰਦਾ ਹੈ ਕਿ ਬੱਚਾ ਸਿੰਗਾਪੁਰ ਗਿਆ ਸੀ, ਸਿੰਗਾਪੁਰ ਤੋਂ ਵਾਪਸ ਆ ਗਿਆ। ਹੁਣ ਰੀਜ਼ਨ ਕੀ ਰਿਹਾ? ਰੀਜ਼ਨ ਇਹ ਰਿਹਾ ਕਿ ਬੱਚੇ ਨੂੰ ਉਸ ਕੰਪਨੀ ਨੇ ਕਲੀਅਰ ਕੱਟ ਦੱਸਿਆ ਨਹੀਂ ਕਿ ਤੇਰਾ ਕਿੰਨਾ ਖਰਚਾ ਹੈ। ਹੁਣ ਕਿਹਾ ਦਿੱਤਾ ਗਿਆ ਤੇਰਾ 2.5 ਲੱਖ ਦੇ ਵਿੱਚ ਪੈਕੇਜ ਹੈ, ਤੇਰਾ ਸਭ ਕੁਝ ਇੰਕਲੂਡ ਹੈ, ਬੱਚਾ ਨਾਲ ਲੈ ਕੇ ਗਿਆ 40-50 ਹਜ਼ਾਰ, ਪਤਾ ਚੱਲਿਆ ਕਿ ਉੱਥੇ ਜਾ ਕੇ 2000 ਸਿੰਗਾਪੁਰ ਡਾਲਰ ਉਹਨੇ ਹੋਰ ਪੇ ਕਰਨੇ, ਸੋ ਬੱਚੇ ਕੋਲ ਹੈ ਨਹੀਂ ਹੈ। ਇਸੇ ਕਰਕੇ ਸਾਡੀ ਕੰਪਨੀ ਹਮੇਸ਼ਾ ਬੱਚੇ ਨੂੰ ਕਲੀਅਰ ਕੱਟ ਪ੍ਰੋਪਰ ਐਗਰੀਮੈਂਟ 'ਤੇ ਲਿਖ ਕੇ ਦਿੰਦੀ ਹੈ ਕਿ ਤੁਹਾਡਾ ਇੰਨੇ ਦਾ ਪੈਕੇਜ ਹੈ, ਇੰਨੇ ਪੈਸੇ ਅਸੀਂ ਤੁਹਾਡੇ ਕੋਲ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ, ਨਾ ਕਿ ਦੂਸਰੀ ਕੰਪਨੀਜ਼ ਵਾਂਗੂ ਕਿ ਠੀਕ ਹੈ ਕਿ ਤੁਹਾਡੇ ਫੰਡਸ ਅਸੀਂ ਕਰਕੇ ਦਿੱਤੇ ਸੀ, ਤੁਹਾਡਾ ਵੀਜ਼ਾ 2 ਮਹੀਨੇ ਦੇ ਵਿੱਚ ਆਇਆ, ਟਾਈਮ ਪੀਰੀਅਡ ਜ਼ਿਆਦਾ ਲੱਗ ਗਿਆ, ਹੁਣ ਫਾਈਨੈਂਸਰ ਤੁਹਾਡੇ ਕੋਲ ਦੂਸਰੇ ਮੰਨ ਦੇ 30,000 ਤੁਹਾਡੇ ਕੋਲ ਐਕਸਟਰਾ ਚਾਰਜ ਕਰ ਰਿਹਾ। ਇਸ ਤਰ੍ਹਾਂ ਬੱਚਿਆਂ ਕੋਲ ਬਾਅਦ ਵਿੱਚ ਬਹੁਤ ਜ਼ਿਆਦਾ ਪੈਸੇ ਐਕਸਟਰਾ ਚਾਰਜ ਕੀਤੇ ਜਾਂਦੇ ਹੈ। ਸਾਈ ਓਵਰਸੀ ਐਜੂਕੇਸ਼ਨ ਸਰਵਿਸ, ਜਦੋਂ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਆਉਂਦੇ ਹੋ, ਤੁਸੀਂ ਇਨਰੋਲ ਹੁੰਦੇ ਹੋ, ਤੁਹਾਨੂੰ ਰਿਟਰਨ ਵਿੱਚ ਅਸੀਂ ਐਗਰੀਮੈਂਟ ਕਰਕੇ ਦਿੰਦੇ ਹਾਂ ਕਿ ਇੰਨੀ ਪੇਮੈਂਟ ਅਸੀਂ ਤੁਹਾਡੇ ਕੋਲ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ। ਖੁਦਾ ਨਾ ਖਾਸਾ ਅਗਰ 1% ਕਿਸੇ ਵੀ ਬੱਚੇ ਦਾ ਵੀਜ਼ਾ ਨਹੀਂ ਲੱਗਿਆ, ਸਾਡੀ ਕੰਪਨੀ ਕੋਈ ਪੈਸਾ ਨਹੀਂ ਚਾਰਜ ਕਰਦੀ, ਯਾਨੀ ਕਿ ਬਾਕੀ ਕੰਪਨੀਆਂ ਜ਼ਰੂਰ ਕਿ ਤੁਹਾਡੇ ਕੋਲ ਅਸੀਂ ਅੰਬੈਸੀ ਫੀਸ ਨਹੀਂ ਸੀ ਲਈ, ਐਪਲੀਕੇਸ਼ਨ ਫੀਸ ਨਹੀਂ ਲਈ, ਇੰਨਾ ਸਾਡਾ ਖਰਚਾ ਹੋਇਆ ਅਤੇ ਇੰਨੀ ਪੇਮੈਂਟ ਲੈ ਕੇ ਹੀ ਤੁਹਾਡੇ ਅਸੀਂ ਡਾਕੂਮੈਂਟ ਰਿਫੰਡ ਕਰਾਂਗੇ। ਸੋ ਸਾਡੀ ਕੰਪਨੀ ਇਸ ਤਰ੍ਹਾਂ ਦੀ ਕੋਈ ਬੱਚਿਆਂ ਨੂੰ ਹਰਾਸ ਨਹੀਂ ਕਰਦੀ। ਇਹੀ ਰੀਜ਼ਨ ਹੈ ਕਿ ਮੈਂ ਹਰ ਚੈਨਲ 'ਤੇ ਕਹਿ ਰਹੀ ਕਿ ਪੂਰੇ ਪੰਜਾਬ ਦੇ ਵਿੱਚ ਸਿੰਗਾਪੁਰ ਸਾਈਪ੍ਰਸ ਇੰਨਾ ਬੱਚਾ ਅਸੀਂ ਭੇਜਿਆ, ਕੋਈ ਇੱਕ ਮੇਰਾ ਚੈਲੰਜ ਹੈ ਕਿ ਕਿਸੇ ਕੰਪਨੀ ਨੇ ਇੰਨਾ ਬੱਚਾ ਨਹੀਂ ਭੇਜਿਆ। ਔਰ ਸਾਈਪ੍ਰਸ ਵਿੱਚ ਇਸ ਜਿਹੜੇ ਇੰਟੇਕ ਦੀ ਮੈਂ ਗੱਲ ਕਰ ਰਿਹਾ,
जी बिल्कुल दर्शको, जे तुहानू होर जानकारी चाहिए तुसी कंसल्ट करना चाहते तो उस दे लिए तुसी साई ओवरसीज़ एजुकेशन सर्विसेज़ दे ऑफिस दे विच आ सकते हो। इन्हां दे एड्रेस फोन नंबर लगातार फ्लैश हो रहा है साडी टीवी स्क्रीन ते। जलंधर दे विच बस स्टैंड दे नेड़े इन्हां दा इको ऑफिस है, तुसी इत्थे विजिट कर सकते हो, कॉन्टैक्ट कर सकते हो इन्हां नू, फोन ते अपॉइंटमेंट लैके उस तो बाद ही इन्हां दे ऑफिस दे विच विजिट करो तां जो एक प्रोपर टाइम है जिहड़ा तुहानू दित्ता जा सके। ये तो असी सिंगापुर की गल की है क्योंकि सिंगापुर काफ़ी टाइम तो साई ओवरसीज़ जोड़ा हैगा डील कर रहा है, तो काफ़ी स्टूडेंट्स जोड़े इस माध्यम के राही सिंगापुर जा भी चुके हैं। सो एक मैं ऑस्ट्रेलिया की भी गल जरूर करना चाहूँगी क्योंकि ऑस्ट्रेलिया भी हूँ बच्चों की जी है काफ़ी पसंद बन चुके हैं, तो बहुत स्टूडेंट्स जोड़े ऑस्ट्रेलिया जाना चाहते हैं। लेकिन ऑस्ट्रेलिया आने तो पहले एक आखिरी सवाल सिंगापुर बारे मैं जरूर पूछना चाहूँगी, बलजिंदर जी किस तरह के स्टूडेंट न सिंगापुर जाना चाहिए? डेफिनेटली देखो मैं हमेशा कह रहा कि जोड़े बच्चे पैकेज प्रॉब्लम है, जेड़े बच्चा मैं कहांगा चाह रहा कि मैं इंटरनेशनल एक्सपोजर गेन करना लेकिन मैं बहुत ज़्यादा मनी अपनी स्पेंड नहीं कर सकता, मेरा बजट 3-3.5-4 लाख तक मेरा बजट है, मेरा गैप बहुत ज़्यादा है, मेरे आयल्स जी बैंड की रिक्वायरमेंट है मेरे 4.5 या 5 बैंड है, या काफ़ी बार आयल्स करने तो बाद मेरे अच्छे बैंड नहीं आ रहे, वो बच्चा चाह रहा कि मैं जाना आस्ट्रेलिया न्यूजीलैंड कैनेडा जाना चाह रहा या फिर मैं सिंगापुर जाके इंटरनेशनल एक्सपोजर गेन करना चाहना, मैं पर मंथ 60-70 हज़ार रुपया कमा के बहुत ज़्यादा खुश अपनी लाइफ तो, कि इतने बच्चा कोई प्राइवेट जॉब कर रहा है 10-15 हज़ार रुपया पर मंथ अर्न कर रहा, वो बच्चा जरूर सिंगापुर अपलाई करे क्योंकि तेरे को एक गोल्डन अपॉर्चुनिटी है कि तुम अच्छा अर्निंग सोच सकते हो। हूँ जो परसन इतने प्राइवेट जॉब कर रहा 10-15 हज़ार रुपया अर्न कर रहा पर मंथ, वो बच्चे तो मेरे अकॉर्डिंग जरूर अपलाई करना चाहिए। और सैकेंड जो अपने काफ़ी ज़्यादा रिफ्यूजल्स लवा चुका है 2-3 कंट्रीज तो रिफ्यूज़ कर चुका है, पैसे खराब कर चुका है, और हूँ उन्होंने पेरेंट्स का कहना कि असी कोई पैसे देते वीज़ा लगों तो पहले नहीं स्पेंड करना क्योंकि डेली एटलीस्ट 4-5 मेरे को वॉकिंग्स होंगे जो परसनल आके मैं मिलते और उन्होंने कहना दे होंगे कि सर मैं सिंगापुर अप्लाई करना है क्यों, क्योंकि मैं बहुत ज़्यादा पैसे खराब कर चुका और तुहाडी कंपनी ये फैसिलिटी दे रही है कि तुसी सारी पेमेंट वीज़ा लगन तो बाद लोगे। हूँ काफ़ी मेरे को लास्ट चलो किसी रीज़न करके कोई साड़ी प्रॉब्लम है कि असी कंपनीज का नाम नहीं डिस्क इतने लै सकते ऑन स्क्रीन, सो मैं कहना चाहवागा चंडीगढ़ से भी काफ़ी बच्चे साढ़े को विजिट करते जो कि USA के नाम से स्टूडेंट वीजे के नाम से अपने काफ़ी पैसे खराब कर चुके हैं, वो आके कहते हैं कि सर सानू स्टेट फॉरवर्ड उन्होंने मना नहीं किया, पहले कहते कि विदाउट आयल तुसी लगा सकते हो अपनी फाइल, फिर साढ़ा 50-60 हज़ार रुपये का लॉस हो जाता, फिर बाद सानू पता चलता कि हुण साढ़े कोल ऑप्शन जी सिंगापुर की है, वो ही असी अपने पैसे साढ़े वेस्ट ना आते तो असी पहले ही सिंगापुर अप्लाई कर लेंगे। सो मैं सारे बच्चों को कहांगा US वही बच्चा अप्लाई करे जिसे 60-65% मार्क्स है, 6 या 6.5 बैंड है और 2015 पास आउट है, वही बच्चे अप्लाई करना चाहिए। पिछले गैप के पिछले लग के तुम US अप्लाई कर रहे हो तो वीज़ा नहीं मिलना, उ पैसा तुम अपना बचा के जिस कंट्री की थोड़ी एलिजिबिलिटी बन रही है उस कंट्री ही अप्लाई करो। जी बिल्कुल दर्शको, सो किस तरह के स्टूडेंट सिंगापुर जाना चाहिए इस बारे तुम बलजिंदर जी ने दसिया, वैसे ही अपने प्रोफाइल को जरा जरूर असैस करवा लेना चाहिए। हूँ जी मैं बिल्कुल गल करना चाहूँगी ऑस्ट्रेलिया की क्योंकि ऑस्ट्रेलिया हूँ बहुत ज़्यादा जेन्युइन स्टूडेंट जो एंट्रेंस देने दे काफ़ी ज़्यादा एक लिमिट हो चुकी है, ऑस्ट्रेलिया की लिमिटेशन ने अपनी और क्राइटीरिया जोड़ा है फुलफिल करना बेहद ही ज़्यादा जरूरी हो चुके हैं। सो ऑस्ट्रेलिया के हूँ किस तरह के रिजल्ट है जो सामने आ रहे हैं बलजिंदर जी? सो अगर मैं ऑस्ट्रेलिया की इनफॉर्मेशन स्टूडेंट्स को देना चाहवा काफ़ी ज़्यादा ह्यूमर्स ऑस्ट्रेलिया लैके भी मार्केट आए हुए हैं कि वीज़ा नहीं आ रहे, ऐसा नहीं है, तुसी रीसेंट में तो आके चेक कर सकते हो, रीसेंट साडे वीजे आए हुए हैं जिहड़े कि 10 मंथ विच वीजे इंप्रूव होए बच्चों के, लेकिन हाँ इंटरव्यू जरूर आ रही है स्टूडेंट से, इंटरव्यू प्रिपरेशन जरूर बच्चा लवे, ये ना सोचे कि बिना इंटरव्यू तो मेरा वीज़ा अप्रूव होएगा, मैं कहांगा इंटरव्यू के चांसिस बहुत ज़्यादा चांसिस ने, लेकिन 2015 पास आउट बच्चे ने ये अप्लाई करना चाहिए और वो बच्चा अप्लाई करे जिसे 60% मार्क्स है, अगर 55% मार्क्स है 50% मार्क्स है, ज़्यादातर यूनिवर्सिटीज़ और कॉलेज उस बच्चे को एंटरटेन नहीं कर रहे और उन्होंने इंटरव्यू में कहांगा चांसिस बहुत ज़्यादा हाई रहेंगे और वीज़ा कितने कितने नहीं आएगा। अगर कोई बच्चा चाह रहा कि मैं जाना ऑस्ट्रेलिया ही जाना चाह रहा तो मैं अपने वालों एक एडवाइस करना चाहवागा स्टूडेंट को, जे स्टूडेंट्स 5.5 बैंड नो लैस दैन 5 बैंड है और 60% मार्क्स है वो अच्छी यूनिवर्सिटीज़ और 573 सब क्लास
ਵਿੱਚ ਅਪਲਾਈ ਕਰੋਗੇ ਤਾਂ ਤੁਹਾਡੇ ਵੀਜ਼ਾ ਲੱਗਣ ਦੇ ਚਾਂਸਿਸ ਬਹੁਤ ਜ਼ਿਆਦਾ ਹਾਈ ਰਹਿਣਗੇ। ਅਗਰ ਤੁਸੀਂ 572 ਓਨਲੀ ਫੋਰ ਡਿਪਲੋਮਾ ਦੇ ਵਿੱਚ ਅਪਲਾਈ ਕਰ ਰਹੇ ਹੋ ਤੁਹਾਡੇ ਇੰਟਰਵਿਊ ਆਏਗੀ ਔਰ ਮੈਂ ਕਹਾਂਗਾ ਸਕਸੈਸ ਰੇਟ ਤੁਹਾਨੂੰ ਨੀਅਰ ਅਬਾਊਟ 50-60% ਮਿਲੇਗਾ। ਅਗਰ ਤੁਸੀਂ ਚਾਹ ਰਹੇ ਹੋ ਸਕਸੈਸ ਰੇਟ ਤੁਹਾਡਾ 80-90% ਤੁਹਾਨੂੰ ਮਿਲੇ ਤਾਂ ਡੈਫੀਨੇਟਲੀ ਤੁਸੀਂ 573 'ਚ ਅਪਲਾਈ ਕਰੋ ਤਾਂ ਡੈਫੀਨੇਟਲੀ ਤੁਹਾਡਾ ਵੀਜ਼ਾ ਲੱਗਣ ਦੇ ਚਾਂਸਿਸ ਬਹੁਤ ਜ਼ਿਆਦਾ ਹਾਈ ਰਹਿਣਗੇ। ਜੀ ਬਲਜਿੰਦਰ ਜੀ, ਸਪਾਊਸ ਨੂੰ ਲੈ ਕੇ ਫਿਲਹਾਲ ਹੁਣ ਕਿਸ ਤਰ੍ਹਾਂ ਦੇ ਰਿਜ਼ਲਟਸ ਹੈ ਜਿਹੜੇ ਸਾਹਮਣੇ ਆ ਰਹੇ ਨੇ, ਕਿਉਂਕਿ ਸਪਾਊਸ ਤੁਹਾਨੂੰ ਪਤਾ ਕਿ ਆਸਟ੍ਰੇਲੀਆ ਨੂੰ ਲੈ ਕੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ, ਲੇਕਿਨ ਜਦੋਂ ਦਾ ਸਪਾਊਸ ਜਿਹੜਾ ਆਸਟ੍ਰੇਲੀਆ ਦੇ ਵਿੱਚ ਕਾਫੀ ਜ਼ਿਆਦਾ ਸਟ੍ਰਿਕਟ ਹੋ ਗਿਆ ਹੈ, ਥੋੜ੍ਹਾ ਜਿਹਾ ਕਾਫੀ ਜੈਨੂਇਨ ਹੁਣ ਐਂਟਰੀ ਦਿੱਤੀ ਜਾ ਰਹੀ, ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਰਿਜ਼ਲਟ ਸਾਹਮਣੇ ਆ ਰਹੇ ਨੇ, ਖਾਸ ਕਰਕੇ ਮੈਂ ਸਾਈ ਓਵਰਸੀਜ਼ ਦੀ ਗੱਲ ਕਰਾਂ ਤੇ। ਦੇਖੋ ਮੈਂ ਤੁਹਾਡਾ 100% ਐਗਰੀ ਹਾਂ ਕਿ ਸਪਾਊਸ ਕੇਸ ਅਗਰ ਕੋਈ ਐਸ ਐਮ ਕੰਟਰੀ ਹੈ, ਕਿਉਂਕਿ ਯੂਕੇ ਦੇ ਵੀਜ਼ਾ ਨਹੀਂ ਲੱਗ ਰਿਹਾ, ਦੈਟਸ ਵਾਈ ਕੈਨੇਡਾ ਸਪਾਊਸ ਦੀ ਤੁਸੀਂ ਅਪਲਾਈ ਨਹੀਂ ਕਰ ਸਕਦੇ। ਨਿਊਜ਼ੀਲੈਂਡ ਵਿੱਚ ਲੈਵਲ 8 ਦੀ ਬਹੁਤ ਜ਼ਿਆਦਾ ਸਟ੍ਰਿਕਨੈਸ ਹੈ, ਤਾਂ ਅੱਜ ਦੀ ਡੇਟ 'ਚ ਅਗਰ ਬੱਚੇ ਕੋਲ ਆਪਸ਼ਨ ਹੈ ਸਪਾਊਸ ਕੇਸ ਅਪਲਾਈ ਕਰਨ ਵਾਸਤੇ ਤਾਂ ਸਿਰਫ ਔਰ ਸਿਰਫ ਆਸਟ੍ਰੇਲੀਆ, ਲੇਕਿਨ ਆਸਟ੍ਰੇਲੀਆ 'ਚ ਵੀ ਮੈਂ ਗੱਲ ਕਰਾਂਗਾ ਬਹੁਤ ਜ਼ਿਆਦਾ ਸਟ੍ਰਿਕਨੈਸ ਹੋ ਚੁੱਕੀ ਹੈ, ਕਿਉਂਕਿ ਕਾਫੀ ਜ਼ਿਆਦਾ ਯੂਨੀਵਰਸਿਟੀਜ਼ ਦੀ ਰਿਕੁਆਇਰਮੈਂਟ ਹੈ ਕਿ ਜੋ ਸਪਾਊਸ ਦੀ ਮੇਨ ਐਪਲੀਕੈਂਟ ਦੀ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਪਾਸ ਆਊਟ, ਇਕੁਅਲ ਸਪਾਊਸ ਦੀ ਵੀ ਉਹਨਾਂ ਨੂੰ ਗ੍ਰੈਜੂਏਸ਼ਨ ਹੀ ਮੈਂਡੇਟਰੀ ਕੀਤੀ ਹੋਈ ਹੈ। ਲੇਕਿਨ ਸਾਡੇ ਕੋਲ ਕੁਝ ਯੂਨੀਵਰਸਿਟੀ ਜ਼ਰੂਰ ਹੈ ਕਿ ਅਗਰ ਸਪਾਊਸ ਦੀ ਕੁਆਲੀਫਿਕੇਸ਼ਨ 10+2 ਪਾਸ ਆਊਟ ਹੈ ਤੁਸੀਂ ਅਪਲਾਈ ਕਰ ਸਕਦੇ ਹੋ, ਲੇਕਿਨ ਮੇਨ ਐਪਲੀਕੈਂਟ ਦੀ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਪਾਸ ਆਊਟ ਹੋਣੀ ਚਾਹੀਦੀ ਹੈ, 60% ਮਾਰਕਸ ਔਰ 6 ਬੈਂਡ ਹੋਣੀ ਚਾਹੀਦੀ ਹੈ, ਨੋ ਲੈਸ ਦੈਨ 5.5 ਬੈਂਡ, ਫਿਰ ਡੈਫੀਨੇਟਲੀ ਤੁਸੀਂ ਅਪਲਾਈ ਕਰ ਸਕਦੇ ਹੋ। ਅਸੀਂ ਤੁਹਾਨੂੰ ਵੀਜ਼ਾ ਲੈ ਕੇ ਦਿਆਂਗੇ ਬਸ਼ਰਤੇ ਤੁਹਾਡੀ ਮੈਰਿਜ ਜਿਹੜੀ ਉਹ ਰੀਸੈਂਟ ਨਹੀਂ ਹੋਣੀ ਚਾਹੀਦੀ, ਮੈਰਿਜ ਐਟਲੀਸਟ ਤੁਹਾਡੀ 1 ਸਾਲ ਪੁਰਾਣੀ ਮੈਰਿਜ ਜ਼ਰੂਰ ਹੋਵੇ ਔਰ ਮੈਰਿਜ ਦੇ ਤੁਹਾਡੇ ਕੋਲ ਪ੍ਰੋਪਰ ਸਨੈਪਸ ਔਨ ਕੰਟਰੈਕਟ ਮੈਰਿਜ ਵਾਲੇ, ਪਲੀਜ਼ ਸਾਨੂੰ ਕਾਲ ਨਾ ਕਰਨ, ਕਿਉਂਕਿ ਜੈਨੂਅਨ ਮੈਰਿਜ ਨਾਲ ਹੀ ਤੁਹਾਨੂੰ ਵੀਜ਼ਾ ਮਿਲੇਗਾ ਔਰ ਜੈਨੂਅਨ ਮੈਰਿਜ ਦੇ ਨਾਲ ਉਹ ਵੀਜ਼ਾ ਆਫੀਸਰ ਮੈਂ ਕਲੀਅਰ ਕਰਾਂਗਾ ਕਿ ਕਾਫੀ ਸਾਡੇ ਕੋਲ ਵਿਜ਼ਿਟਸ ਹੁੰਦੇ ਆ ਕਿ ਉਹ ਕਹਿੰਦੇ ਕਿ ਸਰ ਮੇਰੇ ਕੋਲ ਸਨੈਪਸ ਹੈ, ਸਾਰੇ ਕੋਲ ਮੇਰੇ ਕੋਲ ਪ੍ਰੂਫ ਹੈ, ਲੇਕਿਨ ਮੇਰੀ ਮੈਰਿਜ ਕੰਟਰੈਕਟ ਮੈਰਿਜ ਹੈ। ਦੇਖੋ ਜਿਹੜੀ ਕੰਟਰੈਕਟ ਉਹ ਜੈਨੂਅਨ ਮੈਰਿਜ ਬਹੁਤ ਈਜ਼ਲੀ ਹੋ ਜਾਂਦਾ ਵੀਜ਼ਾ ਆਫੀਸਰ ਨੇ, ਕਿਉਂਕਿ ਬਹੁਤ ਜ਼ਿਆਦਾ ਫਾਈਲਾਂ ਉਹਨਾਂ ਨੇ ਅਸੈਸ ਕੀਤੀਆਂ, ਬਹੁਤ ਫਾਈਲਸ ਡੇਲੀ ਉਹਨਾਂ ਦੇ ਹੱਥੋਂ ਨਿਕਲਦੀਆਂ, ਕਿਉਂਕਿ ਜਿਹੜੀ ਜੈਨੂਅਨ ਮੈਰਿਜ ਹੈ ਉਹ ਸਨੈਪਸ ਦੇ ਵਿੱਚ ਐਟਲੀਸਟ 100-150 ਬੰਦੇ ਦੀ ਗੈਦਰਿੰਗ ਹੈ। ਕੰਟਰੈਕਟ ਮੈਰਿਜ ਤੁਸੀਂ ਕਦੀ ਵੀ ਚੈੱਕ ਕਰਨਾ 25-30 ਮੈਂਬਰਸ ਦੀ ਗੈਦਰਿੰਗ ਹੁੰਦੀ ਹੈ ਔਰ ਬਹੁਤ ਈਜ਼ਲੀ ਉਹ ਕੈਚ ਹੋ ਜਾਂਦੀ ਹੈ ਕਿ ਇਹ ਜਿਹੜੀ ਫੇਕ ਮੈਰਿਜ ਹੈ। ਜੈਨੂਅਨ ਮੈਰਿਜ ਹਮੇਸ਼ਾ ਮੈਂ ਕਹਿੰਦਾ ਕਿ ਵਿਆਹ ਤੋਂ ਬਾਅਦ ਅਗਰ ਤੁਸੀਂ ਕਿਤੇ ਘੁੰਮਣ ਗਏ ਹੋ ਜਾਂ ਕਿਸੇ ਹੋਰ ਸੈਕਿੰਡ ਪਰਸਨ ਦੀ ਮੈਰਿਜ 'ਤੇ ਤੁਸੀਂ ਇਕੱਠੇ ਗਏ ਹੋ, ਉਹ ਮੈਰਿਜ ਦੀ ਸਨੈਪਸ ਵੀ ਸਾਨੂੰ ਪ੍ਰੋਵਾਈਡ ਕਰੋ ਜਿੱਥੇ ਕਿ ਪਤਾ ਲੱਗੇ ਕਿ ਤੁਹਾਡੀ ਜੈਨੂਅਨ ਮੈਰਿਜ ਹੈ। ਔਰ ਜੈਨੂਅਨ ਮੈਰਿਜ ਤੁਹਾਡੀਆਂ ਹੋਰ ਜਿਹੜੀ ਮੈਂ ਕਹਾਂਗਾ ਫੰਕਸ਼ਨ ਹੁੰਦੇ ਹੈ, ਪਾਠ ਦਾ ਫੰਕਸ਼ਨ ਹੋ ਗਿਆ, ਲੇਡੀ ਸੰਗੀਤ ਦੇ ਫੰਕਸ਼ਨ ਹੋ ਗਏ, ਉਹ ਫੰਕਸ਼ਨਸ ਦੀ ਵੀ ਸਨੈਪਸ ਤੁਸੀਂ ਨਾਲ ਜ਼ਰੂਰ ਪ੍ਰੋਵਾਈਡ ਕਰਵਾਇਆ ਕਰੋ ਤਾਂ ਕਿ ਵੀਜ਼ਾ ਆਫੀਸਰ ਨੂੰ ਅਸੀਂ ਕਨਵਿੰਸ ਕਰ ਸਕੀਏ, ਉਹ ਪ੍ਰੂਫ ਦਿਖਾ ਕੇ ਕਿ ਤੁਹਾਡੀ ਜੈਨੂਅਨ ਮੈਰਿਜ ਹੈ ਔਰ ਤੁਹਾਡੇ ਵੀਜ਼ਾ ਲੱਗਣ ਦੇ ਚਾਂਸਿਸ ਬਹੁਤ ਜ਼ਿਆਦਾ ਹਾਈ ਰਹਿਣ। ਜੀ ਬਿਲਕੁਲ ਦਰਸ਼ਕੋ, ਯਾਨੀ ਕਿ ਸਪਾਊਸ ਕੇਸ ਹੈ ਜਿਹੜਾ, ਜੇ ਜੈਨੂਅਨ ਮੈਰਿਜ ਹੈ, ਜੇ ਤੁਹਾਡੇ ਕੋਲ ਪ੍ਰੋਪਰ ਐਵੀਡੈਂਸ ਹੈ ਸ਼ੋ ਕਰਨ ਦੇ ਮੈਸੇਜ ਦੇ ਲਈ, ਤਾਂ ਉਹ ਜ਼ਰੂਰ ਜਿਹੜਾ ਹੈਗਾ ਆਸਟ੍ਰੇਲੀਆ ਜਾ ਸਕਦੇ ਨੇ। ਲੇਕਿਨ ਉਸਦੇ ਨਾਲ ਨਾਲ ਜਿਹੜਾ ਹੈਗਾ ਏਜੰਟ ਜਾਂ ਤੁਹਾਡੇ ਜਿਹੜੇ ਐਕਸਪਰਟਸ ਹੈਗੇ ਨੇ, ਵੀਜ਼ਾ ਜਿਹੜੇ ਆਫੀਸਰਸ ਹੈਗੇ ਨੇ, ਉਹਨਾਂ 'ਤੇ ਵੀ ਐਕਸਪੀਰੀਅੰਸ 'ਤੇ ਕਾਫੀ ਜ਼ਿਆਦਾ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਨਾਲ ਤੁਹਾਡੇ ਕੰਸਲਟੈਂਟ ਜਿਹੜੀ ਤੁਹਾਡੀ ਫਾਈਲ ਹੈ ਉਹ ਪ੍ਰਪੇਅਰ ਕਰਦੇ ਨੇ। ਹੋ ਸਕਦਾ ਤੁਹਾਡੇ ਕੋਲ ਸਾਰੇ ਐਵੀਡੈਂਸ ਹੋਣ, ਸਾਰੇ ਡਾਕੂਮੈਂਟਸ ਹੋਣ, ਲੇਕਿਨ ਉਹ ਫਾਈਲ ਦੇ ਵਿੱਚ ਇਸ ਤਰ੍ਹਾਂ ਨਾਲ ਨਾ ਲੱਗੇ ਹੋਣ ਕਿ ਵੀਜ਼ਾ ਆਫੀਸਰ ਨੂੰ ਜਸਟੀਫਾਈ ਹੋ ਸਕੇ, ਅਤੇ ਉਸ ਕੇਸ ਦੇ ਵਿੱਚ ਜਿਹੜੇ ਤੁਹਾਡਾ ਵੀਜ਼ਾ ਉਹ ਰਿਫਿਊਜ਼ ਹੋ ਸਕਦਾ। ਸੋ ਇਸ ਲਈ ਆਪਣੇ ਕੰਸਲਟੈਂਟ ਨੂੰ ਸਹੀ ਤਰੀਕੇ ਨਾਲ ਚੁਣਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਇਹਨਾਂ ਹੀ, ਅਸੀਂ ਕਾਫੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਅਵੇਅਰ ਕਰਨ ਵਾਸਤੇ, ਇਹ ਸਾਡੀ ਜਿਹੜੀ ਮੁਹਿੰਮ ਹੈ ਜਾਰੀ ਰਹੇਗੀ ਸਾਡੇ ਅਗਲੇ ਸ਼ੋਅ ਦੇ ਵਿੱਚ ਵੀ, ਤਾਂ ਕਿ ਅਸੀਂ ਹੋਰ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਸਕੀਏ। ਲੇਕਿਨ ਜਾਣ ਤੋਂ ਪਹਿਲਾਂ ਮੈਂ ਚਾਹੂੰਗੀ ਬਲਜਿੰਦਰ ਜੀ, ਤੁਸੀਂ ਕੋਈ ਮੈਸੇਜ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਓ, ਕੀ ਕਹਿਣਾ ਚਾਹੋਗੇ? ਡੈਫੀਨੇਟਲੀ ਮੈਂ ਸਾਰੇ ਵਿਊਅਰਸ ਨੂੰ ਇੱਕ ਰਿਕੁਐਸਟ ਕਰਨਾ ਚਾਹਾਂਗਾ ਕਿ ਜਦੋਂ ਵੀ ਤੁਸੀਂ ਸਾਡੇ ਆਫਿਸ ਵਿਜ਼ਿਟ ਕਰਨਾ, ਸਾਡੇ ਨਹੀਂ ਬਲਕਿ ਕਿਸੇ ਵੀ ਆਫਿਸ ਵਿਜ਼ਿਟ ਕਰਦੇ ਹੋ, ਜ਼ਰੂਰ ਆਪਣੇ ਓਰੀਜਨਲ ਡੌਗ ਜ਼ਰੂਰ ਨਾਲ ਕੈਰੀ ਕਰਕੇ ਲੈ ਕੇ ਜਾਇਆ ਕਰੋ। 10th ਓਨਵਰਡ ਜੋ ਤੁਹਾਡੀ ਕੁਆਲੀਫਿਕੇਸ਼ਨ ਹੈ, ਆਪਣਾ ਆਇਲ ਸਕੋਰ ਕਾਰਡ, ਆਪਣਾ ਪਾਸਪੋਰਟ ਔਰ ਪਲੱਸ ਅਗਰ ਕਿਸੇ ਵੀ ਕੰਟਰੀ ਤੋਂ ਤੁਹਾਡੀ ਰਿਫਿਊਜ਼ਲ ਹੈ, ਰਿਫਿਊਜ਼ਲ ਲੈਟਰ ਜ਼ਰੂਰ ਨਾਲ ਲੈ ਕੇ ਆਇਆ ਕਰੋ ਤਾਂ ਕਿ ਅਸੀਂ ਉਹ ਚੈੱਕ ਕਰਕੇ ਪ੍ਰੋਪਰਲੀ ਤੁਹਾਨੂੰ ਗਾਈਡ ਕਰ ਪਾਈਏ ਕਿ ਕਿਸ ਕੰਟਰੀ ਵਾਸਤੇ ਤੁਹਾਡੀ ਐਲੀਜੀਬਿਲਟੀ ਬਣ ਰਹੀ ਹੈ, ਕਿਸ ਕੰਟਰੀ ਤੁਹਾਨੂੰ ਅਪਲਾਈ ਕਰਨਾ ਚਾਹੀਦਾ ਹੈ। ਔਰ ਪਲੀਜ਼ ਜਦੋਂ ਵੀ ਤੁਸੀਂ ਵਿਜ਼ਿਟ ਕਰਨਾ ਆਪਣੇ ਕਿਸੇ ਐਲਡਰ ਨੂੰ ਜਾਂ ਆਪਣੇ ਪੇਰੈਂਟਸ ਨੂੰ ਜ਼ਰੂਰ ਨਾਲ ਲੈ ਕੇ ਆਓ ਤਾਂ ਕਿ ਉਹ ਆਪਣੀ ਲਾਈਫ ਦਾ ਤੁਹਾਨੂੰ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਪਾਣਗੇ, ਤੁਹਾਨੂੰ ਇੱਕ ਐਡਵਾਈਸ ਕਰ ਪਾਣਗੇ ਕਿ ਕਿਸ ਕੰਸਲੈਂਟ ਤੋਂ ਤੁਸੀਂ ਅਪਲਾਈ ਕਰੋ ਜਿੱਥੇ ਕਿ ਤੁਹਾਡੇ ਵੀਜ਼ਾ ਲੱਗਣ ਦੇ ਚਾਂਸਿਸ ਬਹੁਤ ਜ਼ਿਆਦਾ, ਮੈਂ ਕਹਾਂਗਾ ਬਹੁਤ ਜ਼ਿਆਦਾ ਹਾਈ ਚਾਂਸਿਸ ਰਹਿਣ। ਆਪਣੇ ਐਕਸਪੀਰੀਅੰਸ ਦੇ ਅਕੋਰਡਿੰਗ ਤੁਹਾਨੂੰ ਦੱਸ ਪਾਣਗੇ ਕਿ ਕਿਸ ਕੰਸਲੈਂਟ ਤੋਂ ਤੁਸੀਂ ਆਪਣੀ ਫਾਈਲ ਅਸੈਸ ਕਰਵਾਓ, ਕਿਹੜੇ ਕੰਸਲੈਂਟ ਅੱਛਾ ਹੈ ਜਿਹੜਾ ਕਿ ਤੁਹਾਨੂੰ ਕਹਿ ਰਿਹਾ ਕਿ ਮੈਂ ਪਹਿਲੇ ਕੋਈ ਪੇਮੈਂਟ ਨਹੀਂ ਲੈ ਰਿਹਾ, ਵਾਕਿਆ ਹੀ ਉਹ ਆਪਣੀ ਕਮਿਟਮੈਂਟ 'ਤੇ ਫੁਲਫਿਲ ਰਹੇਗਾ। ਔਰ ਇਸ ਤਰ੍ਹਾਂ ਕਰਕੇ ਆਪਣੀ ਤੁਸੀਂ ਅਗਰ ਸਾਡੇ ਆਫਿਸ ਵਿਜ਼ਿਟ ਕਰਨਾ, ਪਲੀਜ਼